Land utilization and agriculture. This is a part first of the class 10th PSEB and NCRT books. The chapter hai 9 5th chapter hai jada ki social study de vichon chakya gaya va geography part de vichon jide vich assi ajj discuss karange bhi land kis tarike nal utilize ho rahi hai india de vich te oda agriculture de utte ki effect pa reha va eh sariyan cheezan je assi padhange te ede vich eh vi padhange bhi agriculture di hun ਜਿਹੜਾ ਅੱਜ ਦੀ ਡੇਟ ਦੇ ਵਿੱਚ ਉਹਦਾ ਟ੍ਰੈਂਡ ਕਿੱਦਾਂ ਵੱਧ ਰਿਹਾ ਜਾਂ ਘੱਟ ਰਿਹਾ ਵਾ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਰਾਈਜ਼ ਹੋ ਰਹੀਆਂ ਨੇ ਸਾਡੇ ਫਾਰਮਰਸ ਨੂੰ ਉਹ ਸਾਰੀਆਂ ਚੀਜ਼ਾਂ ਅੱਜ ਅਸੀਂ ਇਸ ਸੈਸ਼ਨ ਦੇ ਵਿੱਚ ਡਿਸਕਸ ਕਰਾਂਗੇ ਤੇ ਇਸ ਸੈਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਇੱਕ ਚੈਪਟਰ ਨੂੰ ਪੂਰਾ ਐਕਸਪਲੇਨ ਕਰੂੰਗਾ ਐਸ ਵੈਲ ਐਸ ਤੁਹਾਨੂੰ ਕੀ ਆ ਵੈਰੀ ਸ਼ਾਰਟ ਕੁਐਸਚਨ ਆਨਸਰ ਜਿਹੜੇ ਹੋਣਗੇ ਉਹ ਵੀ ਪ੍ਰੋਵਾਈਡ ਕੀਤੇ ਗਏ ਹੋਣਗੇ ਤਾਂ ਤੁਸੀਂ ਇਹ ਵੀਡੀਓ ਨੂੰ ਟਿਲ ਐਂਡ ਤੱਕ ਦੇਖਿਓ ਤੇ ਜੇਕਰ ਸੈਸ਼ਨ ਵਧੀਆ ਲੱਗੇ ਤਾਂ ਜ਼ਰੂਰ ਲਾਈਕ ਕਰਿਓ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜਸਟ ਟੂ ਇਟ ਫॉर ਅ ਬ੍ਰਾਈਟ ਫਿਊਚਰ ਸਟਾਰਟ ਕਰਦੇ ਹਾਂ ਦੇਖੋ ਸੈਸ਼ਨ ਨੂੰ ਸੈਸ਼ਨ ਦੇ ਵਿੱਚ ਫਸਟ ਹੈ ਲੈਂਡ ਏਰੀਆ ਆਫ ਐਗਰੀਕਲਚਰ ਹੁਣ ਇੰਡੀਆ ਦੇ ਵਿੱਚ ਜਿਹੜੀ ਆ ਸਭ ਨੂੰ ਪਤਾ ਵੀ ਇੰਡੀਆ ਜਿਹੜਾ ਵਾ ਐਗਰੀਕਲਚਰ ਕੰਟਰੀ ਕਿਹਾ ਜਾਂਦਾ ਵਾ ਖੇਤੀਬਾੜੀ ਵਾਲਾ ਦੇਸ਼ ਕਿਹਾ ਜਾਂਦਾ ਵਾ ਕੀ ਰੀਜ਼ਨ ਆ ਕਿਉਂਕਿ ਇੱਥੇ ਜਿਹੜੇ ਐਗਰੀਕਲਚਰ ਆ ਮੇਨ ਜਿਹੜਾ ਓਕੂਪੇਸ਼ਨ ਸੀ ਪਿਛਲੇ ਕਈ ਸਾਲਾਂ ਤੋਂ ਅਤੇ ਉਹ ਕੀ ਸੀਗਾ ਐਗਰੀਕਲਚਰ ਸੀ ਬਟ ਹੁਣ ਜਿਹੜਾ ਇਹ ਟ੍ਰੈਂਡ ਚੇਂਜ ਹੁੰਦਾ ਜਾ ਰਿਹਾ ਵਾ ਹੁਣ ਜਿਹੜਾ ਸਾਡਾ ਇੰਡੀਆ ਵਾ ਉਹ ਹੁਣ ਸਰਵਿਸ ਸੈਕਟਰ ਅਤੇ ਹੋਰ ਸੈਕਟਰ ਦੇ ਵਿੱਚ ਇੰਪੋਰਟੈਂਸ ਜ਼ਿਆਦਾ ਦਿਖਾਉਂਦਾ ਜਾ ਰਿਹਾ ਅਤੇ ਐਗਰੀਕਲਚਰ ਲੈਂਡ ਜਿਹੜੀ ਆ ਉਹ ਘੱਟਦੀ ਜਾ ਰਹੀ ਆ ਤਾਂ ਇਹਦੇ ਵਿੱਚ ਸਾਰਾ ਕੁਝ ਦਿਖਾਇਆ ਗਿਆ ਵੀ ਕਿਸ ਤਰੀਕੇ ਦੀ ਸਾਡੇ ਕੋਲ ਲੈਂਡ ਆ ਇੰਡੀਆ ਦੇ ਵਿੱਚ ਕਿੰਨੀ ਜ਼ਿਆਦਾ ਗ੍ਰੀਨ ਗ੍ਰੀਨ ਇਹ ਦਿਖਾ ਰਹੀ ਆ ਵੀ ਕਿੰਨੀ ਵਧੀਆ ਅਤੇ ਬੈਸਟ ਕੁਆਲਿਟੀਜ਼ ਦੇ ਨੇ ਅਤੇ ਫੋਰੈਸਟ ਦਿਖਾਏ ਜਾ ਰਹੇ ਨੇ ਅਤੇ ਹੋਰ ਏਰੀਆ ਜਿਹੜਾ ਵਾ ਉਹ ਦਿਖਾਇਆ ਗਿਆ ਵਾ ਪਲੈਟਿਊਜ਼ ਦਿਖਾਏ ਗਏ ਨੇ ਤਾਂ ਜੋ ਕੀ ਆ ਵੀ ਤੁਹਾਨੂੰ ਇੱਕ ਆਈਡੀਆ ਹੋ ਸਕੇ ਵੀ ਇੰਡੀਆ ਦੀ ਲੈਂਡ ਜਿਹੜੀ ਆ ਉਹ ਸਿਰਫ ਸਾਰੀ ਫਰਟਾਈਲ ਨਹੀਂ ਹੈ ਕਿਤੇ ਕਿਤੇ ਜਾਂ ਅਨਫਰਟਾਈਲ ਵੀ ਹੈ ਕਿਤੇ ਕਿਤੇ ਸਾਡੇ ਕੋਲ ਪਲੈਟਿਊਜ਼ ਨੇ ਕਿਤੇ ਕਿਤੇ ਸਾਡੇ ਕੋਲ ਡੈਜ਼ਰਟਸ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੰਡੀਆ ਦੇ ਵਿੱਚ ਹੈਗੀਆਂ ਨੇ ਦੇਖੋ ਹੁਣ ਗੱਲ ਕਰੀਏ ਪੰਜਾਬ ਦੇ ਵਿੱਚ ਐਗਰੀਕਲਚਰ ਪੰਜਾਬ ਨੂੰ ਜਿਹੜਾ ਵਾ ਅੰਨਦਾਤਾ ਕਿਹਾ ਜਾਂਦਾ ਸੀ ਪੰਜਾਬ ਨੂੰ ਪੂਰੇ ਇੰਡੀਆ ਦੇ ਵਿੱਚ ਕਿਉਂ ਕਿਉਂਕਿ ਇਸ ਸਮੇਂ ਜਿਹੜੀ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਜਿਹੜੀ ਸੀ ਉਹ ਇੰਡੀਆ ਦੀ ਉਹ ਪੰਜਾਬ ਦੇ ਵਿੱਚੋਂ ਹੁੰਦੀ ਸੀ ਰੀਜ਼ਨ ਕੀ ਸੀ ਵੀ ਇੱਕ ਇਹਦਾ ਏਰੀਆ ਪਹਿਲਾਂ ਕਾਫੀ ਵੱਡਾ ਹੁੰਦਾ ਸੀ 1966 ਤੋਂ ਪਹਿਲਾਂ ਕਿਉਂਕਿ ਹਰਿਆਣਾ ਹਿਮਾਚਲ ਜਿਹੜਾ ਵਾ ਉਹ ਪੰਜਾਬ ਦੇ ਵਿੱਚੋਂ ਨਿਕਲਿਆ ਈਵਨ ਰਾਜਸਥਾਨ ਦਾ ਏਰੀਆ ਵੀ ਪੰਜਾਬ ਦੇ ਵਿੱਚੋਂ ਹੀ ਨਿਕਲਿਆ ਵਾ ਅਤੇ ਤਾਂ ਕਰਕੇ ਪੰਜਾਬ ਦਾ ਏਰੀਆ ਬਹੁਤ ਵੱਡਾ ਹੋਣ ਕਰਕੇ ਇੱਥੇ ਐਗਰੀਕਲਚਰ ਵਧੀਆ ਹੁੰਦੀ ਸੀ ਅਤੇ ਦੂਜਾ ਕੀ ਸੀ ਇਹ ਕੁਦਰਤੀ ਤੌਰ 'ਤੇ ਇੱਕ ਪਲੇਨ ਏਰੀਆ ਸੀਗਾ ਅਤੇ ਇੱਥੇ ਐਗਰੀਕਲਚਰ ਬਹੁਤ ਜ਼ਿਆਦਾ ਵਧੀਆ ਹੁੰਦੀ ਸੀ ਬਟ ਹੁਣ 1966 ਤੋਂ ਬਾਅਦ ਜਿਹੜਾ ਇੰਡੀਆ ਪੰਜਾਬ ਜਿਹੜਾ ਵਾ ਉਹ ਕਾਫੀ ਹਿੱਸਿਆਂ ਦੇ ਵਿੱਚ ਡਿਵਾਈਡ ਹੋ ਗਿਆ ਅਤੇ ਹੁਣ ਦੇਖੋ ਪੰਜਾਬ ਦਾ ਕਾਫੀ ਏਰੀਆ ਜਿਹੜਾ ਵਾ ਉਹ ਘੱਟ ਚੁੱਕਿਆ ਵਾ ਅਤੇ ਐਗਰੀਕਲਚਰ ਲੈਂਡ ਜਿਹੜੀ ਆ ਹੌਲੀ ਹੌਲੀ ਘੱਟਦੀ ਜਾ ਰਹੀ ਹੈ ਕਿਉਂ ਕਿਉਂਕਿ ਜਿਹੜੀ ਸਾਡੀ ਪਾਪੂਲੇਸ਼ਨ ਜਿਹੜੀ ਆ ਉਹ ਇਨਕਰੀਜ਼ ਹੁੰਦੀ ਜਾ ਰਹੀ ਆ ਪੰਜਾਬ ਦੇ ਵਿੱਚ ਵੀ ਅਤੇ ਉਹਦੇ ਵਿੱਚ ਰੈਜ਼ੀਡੈਂਸ਼ੀਅਲ ਦੇ ਲਈ ਲੈਂਡ ਜਿਹੜੀ ਉਹ ਜ਼ਿਆਦਾ ਯੂਜ਼ ਹੋ ਰਹੀ ਹੈ ਐਗਰੀਕਲਚਰ ਲੈਂਡ ਜਿਹੜੀ ਉਹ ਘੱਟਦੀ ਜਾ ਰਹੀ ਹੈ ਅਤੇ ਅੱਜ ਅਸੀਂ ਇਹੀ ਸਾਰੀਆਂ ਚੀਜ਼ਾਂ ਦੇ ਬਾਰੇ ਪੜਾਂਗੇ ਸਭ ਤੋਂ ਪਹਿਲਾਂ ਸਮਝਦੇ ਹਾਂ ਵੀ ਐਗਰੀਕਲਚਰ ਡਿਵੈਲਪਮੈਂਟ ਕਿੱਦਾਂ ਹੋ ਰਹੀ ਆ ਇੰਡੀਆ ਦੇ ਵਿੱਚ ਜਿਹੜੇ ਫਾਰਮਰਸ ਨੇ ਉਹਨਾਂ ਨੂੰ ਜ਼ਿਆਦਾਤਰ 4 ਕੈਟਾਗਰੀਜ਼ ਦੇ ਵਿੱਚ ਵੰਡਿਆ ਗਿਆ ਪਹਿਲੀ ਕੈਟਾਗਰੀ ਜਿਹੜੀ ਆ ਉਹ ਸਮਾਲ ਫਾਰਮਰਸ ਨੇ ਉਹ ਫਾਰਮਰ ਜਿਹੜੇ ਕਿ ਜਿਨ੍ਹਾਂ ਕੋਲ ਲੈਂਡ ਜਿਹੜੀ ਆ ਬਹੁਤ ਜ਼ਿਆਦਾ ਘੱਟ ਆ ਉਹ ਹੈਗੇ 60% ਉਸ ਤੋਂ ਬਾਅਦ ਹੈਗੇ ਆ ਮਾਈਨ ਮਾਰਜਨਲ ਫਾਰਮਰਸ ਉਹ ਫਾਰਮਰ ਜਿਨ੍ਹਾਂ ਕੋਲ ਲੈਂਡ ਨਾ ਦੇ ਬਰਾਬਰ ਆ ਅਤੇ 14% ਅਜਿਹੇ ਫਾਰਮਰ ਵੀ ਨੇ ਜਿਨ੍ਹਾਂ ਕੋਲ ਕੀ ਆ ਲੈਂਡ ਬਿਲਕੁਲ ਹੀ ਨਹੀਂ ਹੈਗੀ ਅਤੇ 7% ਇਹੋ ਜਿਹੇ ਫਾਰਮਰ ਨੇ ਜਿਨ੍ਹਾਂ ਕੋਲ ਲੈਂਡ ਦਾ ਏਰੀਆ ਕਾਫੀ ਜ਼ਿਆਦਾ ਵਾ ਅਤੇ ਇਸੀ ਅਨਇਕੁਅਲ ਡਿਸਟ੍ਰੀਬਿਊਸ਼ਨ ਦੇ ਕਰਕੇ ਜਿਹੜੀ ਐਗਰੀਕਲਚਰ ਆ ਹੁਣ ਉਹਦੀ ਡਿਵੈਲਪਮੈਂਟ ਜਿਹੜੀ ਉਹ ਘੱਟਦੀ ਜਾ ਰਹੀ ਹੈਗੀ ਆ ਉਸ ਤੋਂ ਬਾਅਦ ਦੇਖੋ ਆ ਦਿਖਾਇਆ ਜਾ ਰਿਹਾ ਐਗਰੀਕਲਚਰ ਡਿਵੈਲਪਮੈਂਟ ਜੇਕਰ ਇੰਡੀਆ ਨੂੰ ਕੰਪੇਅਰ ਕੀਤਾ ਜਾਵੇ USA ਦੇ ਨਾਲ ਚਾਈਨਾ ਦੇ ਨਾਲ ਅਤੇ ਪੂਰੇ ਵਰਲਡ ਦੀਆਂ ਹੋਰ ਕੰਟਰੀਜ਼ ਦੇ ਨਾਲ ਤਾਂ ਇੰਡੀਆ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਤੁਹਾਨੂੰ ਦਿਖ ਰਹੀ ਹੋਏਗੀ ਸਭ ਤੋਂ ਜ਼ਿਆਦਾ ਜਿਹੜੀ ਆ ਇੰਡੀਆ ਦੇ ਵਿੱਚ ਵੀਟ ਦੀ ਪ੍ਰੋਡਕਸ਼ਨ ਹੁੰਦੀ ਆ ਫਿਰ ਰਾਈਸ ਆ ਫਿਰ ਹੋਰ ਕੁਝ ਕੁ ਜਿਹੜੀਆਂ ਗ੍ਰੇਨ ਫਸਲਸ ਨੇ ਜਾਂ ਕ੍ਰੋਪਸ ਨੇ ਉਹ ਉਗਾਈਆਂ ਜਾਂਦੀਆਂ ਨੇ ਫਿਰ ਆਇਲ ਸੀਡ ਦਾ ਅਤੇ USA ਜਿਹਦਾ ਕਿ ਵੈਸੇ ਇੰਡੀਆ ਜਿਹੜਾ ਵਾ ਏਰੀਆ ਦੇ ਅਕੋਰਡਿੰਗ 7th ਨੰਬਰ 'ਤੇ ਆਉਂਦਾ ਦੈਨ ਚਾਈਨਾ ਜਿਹੜਾ ਵਾ ਇੰਡੀਆ ਤੋਂ ਅੱਗੇ ਆ ਉਹਦੇ ਕੋਲ ਜਿਹੜਾ ਏਰੀਆ ਵਾ ਉਹ ਜ਼ਿਆਦਾ ਵੀ ਆ ਬਟ ਉਹਦੀ ਪ੍ਰੋਡਕਸ਼ਨ ਵੀ ਬਹੁਤ ਜ਼ਿਆਦਾ ਵਾ ਐਜ਼ ਕੰਪੇਅਰ ਇੰਡੀਆ ਨਾਲ ਦੇਖਿਆ ਜਾਵੇ ਤਾਂ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਾ ਅਤੇ USA ਜਿਹੜਾ ਕਿ ਐਗਜ਼ਿਸਟ ਵੀ ਨਹੀਂ ਕਰਦਾ ਹੈਗਾ ਟੌਪ 10 ਦੇ ਵਿੱਚ ਜਿਹਦੀ ਏਰੀਆ ਦੇ ਅਕੋਰਡਿੰਗ ਬਟ ਫਿਰ ਵੀ ਉਹਦੀ ਜਿਹੜੀ ਐਗਰੀਕਲਚਰ ਡਿਵੈਲਪਮੈਂਟ ਆ ਉਹ ਸਭ ਤੋਂ ਜ਼ਿਆਦਾ ਵਾ ਵਰਲਡ ਦੇ ਏਰੀਆ ਦੇ ਵਿੱਚੋਂ ਵੀ ਜੋ ਦੇਖਿਆ ਜਾਵੇ ਤਾਂ ਇੰਡੀਆ ਜਿਹੜਾ ਵਾ ਸਫ਼ਰ ਕਰ ਰਿਹਾ ਵਾ ਪ੍ਰੋਡਕਸ਼ਨ ਦੇ ਮਾਮਲੇ 'ਚ ਬਹੁਤ ਸਾਰੇ ਅਜਿਹੇ ਰੀਜ਼ਨ ਨੇ ਜਿਹੜੇ ਕਿ ਅਸੀਂ ਹੁਣ ਅੱਗੇ ਜਾ ਕੇ ਪੜਾਂਗੇ ਵੀ ਕੀ ਰੀਜ਼ਨ ਨੇ ਵੀ ਜਿਹਦੇ ਕਰਕੇ ਐਗਰੀਕਲਚਰ ਡਿਵੈਲਪਮੈਂਟ ਜਿਹੜੀ ਇੰਡੀਆ ਦੇ ਵਿੱਚ ਇੰਨੀ ਜ਼ਿਆਦਾ ਵਧੀਆ ਨਹੀਂ ਹੋ ਸਕੀ ਦੇਖੋ ਹੁਣ ਇਹਦੀਆਂ ਮੇਨ ਪ੍ਰੋਬਲਮਸ ਜਿਹੜੀਆਂ ਨੇ ਇੰਡੀਆ ਦੇ ਵਿੱਚ ਐਗਰੀਕਲਚਰ ਦੀਆਂ ਉਹ ਸਭ ਤੋਂ ਪਹਿਲੀ ਪ੍ਰੋਬਲਮ ਹੈਗੀ ਆ ਰੂਰਲ ਅਤੇ ਅਰਬਨ ਡਿਵੀਜ਼ਨ ਹੈ ਨਾ ਵੀ ਇੰਡੀਆ ਦੇ ਰੂਰਲ ਏਰੀਆ ਅਤੇ ਅਰਬਨ ਏਰੀਆ ਦੇ ਵਿੱਚ ਡਿਵਾਈਡ ਕੀਤਾ ਗਿਆ ਵਾ ਰੂਰਲ ਏਰੀਆ ਦੇ ਵਿੱਚ ਜ਼ਿਆਦਾਤਰ ਐਗਰੀਕਲਚਰ ਲੈਂਡ ਆ ਅਤੇ ਅਰਬਨ ਏਰੀਆ ਵਿੱਚ ਐਗਰੀਕਲਚਰ ਲੈਂਡ ਨਹੀਂ ਹੈਗੀ ਬਟ ਅਰਬਨ ਏਰੀਆ ਦਾ ਐਕਸਟੈਂਸ਼ਨ ਜਿਹੜੀ ਹੁੰਦੀ ਜਾ ਰਹੀ ਹੈ ਜਿਹਦੇ ਕਰਕੇ ਉਹ ਰੂਰਲ ਏਰੀਆ ਦੇ ਵਿੱਚ ਵੀ ਇੰਟਰਫੇਰੈਂਸ ਕਰ ਰਿਹਾ ਜਿਹਦੇ ਕਰਕੇ ਲੈਂਡ ਜਿਹੜੀ ਉਹ ਘੱਟਦੀ ਜਾ ਰਹੀ ਹੈ ਰੂਰਲ ਏਰੀਆ ਦੇ ਵਿੱਚ ਅਤੇ ਉੱਥੇ ਇਨਕਮ ਦੇ ਰਿਸੋਰਸ ਤਾਂ ਪਹਿਲਾਂ ਹੀ ਘੱਟ ਸੀਗੇ ਤਾਂ ਕਰਕੇ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਐਗਰੀਕਲਚਰ ਡਿਵੈਲਪਮੈਂਟ ਨਹੀਂ ਹੋ ਪਾ ਰਹੀ ਸੈਕਿੰਡ ਪੁਆਇੰਟ ਆ ਵੀ ਇੰਡੀਆ ਦੇ ਵਿੱਚ ਮੋਸਟ ਆਫ ਜਿਹੜੇ ਫਾਰਮਰ ਨੇ ਉਹ ਡਨ ਹੁੰਦੀ ਆ ਜਾਂ ਫਾਰਮਿੰਗ ਡਨ ਹੁੰਦੀ ਆ ਕਿੱਥੇ ਹੁੰਦੀ ਆ ਰੂਰਲ ਏਰੀਆ ਦੇ ਵਿੱਚ ਹੁਣ ਰੂਰਲ ਏਰੀਆ ਦੇ ਵਿੱਚ ਡਨ ਹੋਣ ਕਰਕੇ ਉੱਥੇ ਦਾ ਜਿਹੜਾ ਏਰੀਆ ਵਾ ਉਹ ਇਨ
ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਆ ਵੀ ਉਹਨਾਂ ਕੋਲ ਇੰਨੀ ਜ਼ਿਆਦਾ ਇਨਕਮ ਨਹੀਂ ਹੈਗੀ ਜਿਹਦੇ ਨਾਲ ਉਹ ਆਪਣੀ ਐਗਰੀਕਲਚਰ ਨੂੰ ਹੋਰ ਵੀ ਜ਼ਿਆਦਾ ਵਧਾ ਸਕਣ, ਤਾਂ ਕਰਕੇ ਉਹ ਸਫ਼ਰ ਕਰਦੇ ਆ ਸਿਰਫ ਉਨੀ ਕੀ ਚੀਜ਼ਾਂ ਬਣਾ ਸਕਦੇ ਆ ਜਾਂ ਉਨੀ ਕੀ ਚੀਜ਼ਾਂ ਹੀ ਉਗਾਉਂਦੇ ਆ ਜਿੰਨੀ ਕੀ ਚੀਜ਼ਾਂ ਨਾਲ ਉਹ ਆਪਣੇ ਆਪ ਨੂੰ ਖੁਸ਼ ਰੱਖ ਸਕਣ, ਥੋੜ੍ਹਾ ਬਹੁਤਾ ਪੈਸਾ ਬਣਾ ਲੈਣ ਤਾਂ ਜੋ ਕੀ ਆ ਉਹ ਫਿਰ ਉਹ ਅਗਲੀ ਫਸਲ ਦੇ ਲਈ ਵੀ ਉਹਨੂੰ ਉਗਾ ਸਕਣ। ਉਸ ਤੋਂ ਬਾਅਦ ਹੈਗਾ ਲੈਕ ਆਫ ਇਨਵੈਸਟਮੈਂਟ ਇਨ ਐਗਰੀਕਲਚਰ। ਹੁਣ ਸਭ ਨੂੰ ਪਤਾ ਵੀ ਇੰਡੀਆ ਦੇ ਵਿੱਚ ਜਿਹੜਾ ਵਾ ਉਹ ਐਗਰੀਕਲਚਰ ਪਹਿਲਾਂ 1950 ਤੱਕ ਜਿਹੜਾ ਇੰਡੀਆ ਜਿਹੜਾ ਸੀ ਉਹ ਐਗਰੀਕਲਚਰ ਦੇ ਉੱਤੇ ਡਿਪੈਂਡ ਸੀ, ਬਟ ਹੌਲੀ ਹੌਲੀ ਆਫਟਰ ਦੈਟ ਜਿਹੜੇ ਪਲਾਨ ਸਟਾਰਟ ਹੋਏ 5-year ਪਲਾਨਸ, ਉਸ ਤੋਂ ਬਾਅਦ ਇੰਡਸਟਰੀਅਲ ਰੈਵੋਲਿਊਸ਼ਨਸ ਆਈਆਂ ਜਾਂ ਸਾਡੀਆਂ ਨਿਊ ਇਕਨੋਮਿਕ ਪਾਲਿਸੀਜ਼ ਆਈਆਂ, ਇਹਨਾਂ ਨੇ ਐਗਰੀਕਲਚਰ ਦੇ ਉੱਤੇ ਜਿਹੜੀ ਇੰਡੀਆ ਡਿਪੈਂਡੈਂਸੀ ਉਹ ਘਟਾਉਣੀ ਸ਼ੁਰੂ ਕਰ ਦਿੱਤੀ, ਤਾਂ ਕਰਕੇ ਜਿਹੜਾ ਗੌਰਮੈਂਟ ਆ ਉਹਨੇ ਵੀ ਉਹਦੇ ਵਿੱਚ ਇਨਵੈਸਟਮੈਂਟ ਕਰਨੀ ਘੱਟ ਕਰ ਦਿੱਤੀ, ਤਾਂ ਕਰਕੇ ਜਿਹੜੀ ਐਗਰੀਕਲਚਰ ਆ ਉਹ ਸਫ਼ਰ ਕਰਨੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਹੈ ਲੈਕ ਆਫ ਦੀ ਆ ਇਫੈਕਟਿਵ ਪਾਲਿਸੀ। ਇੰਡੀਆ ਦੇ ਕੋਲ ਕੋਈ ਇੰਨੀ ਜ਼ਿਆਦਾ ਵਧੀਆ ਪਾਲਿਸੀਜ਼ ਨਹੀਂ ਬਣਾਈਆਂ ਹੋਈਆਂ ਐਗਰੀਕਲਚਰ ਦੇ ਲਈ, ਤਾਂ ਕਰਕੇ ਜਿਹੜੇ ਫਾਰਮਰਸ ਨੇ ਉਹ ਸਫ਼ਰ ਕਰਦੇ ਆ। ਈਵਨ ਵੀ ਸਭ ਤੋਂ ਵੱਡੀ ਇਗਜ਼ਾਮਪਲ ਜਿਹੜੀ ਆ ਹੁਣ ਦਿਖਾਇਆ ਜਾ ਰਿਹਾ ਜਿਹੜਾ ਐਗਰੀਕਲਚਰ ਐਕਟ ਬਣਾਇਆ ਗਿਆ ਇੰਡੀਆ ਦੇ ਵਿੱਚ, ਉਹਦੇ ਲਈ ਪ੍ਰੋਟੈਸਟ ਚੱਲ ਰਿਹਾ। ਈਵਨ ਕੋਵਿਡ ਪੀਰੀਅਡ ਦੇ ਵਿੱਚ ਵੀ ਜਿਹੜੇ ਫਾਰਮਰ ਸੀਗੇ ਉੱਥੇ ਪ੍ਰੋਟੈਸਟ ਕਰ ਰਹੇ ਨੇ, ਤਾਂ ਇਹ ਕੁਝ ਕੁ ਅਜਿਹੀਆਂ ਪਾਲਿਸੀਆਂ ਨੇ ਜਿਨ੍ਹਾਂ ਕਰਕੇ ਜਿਹੜੇ ਐਗਰੀਕਲਚਰ ਜਿਹੜੀ ਆ ਉਹ ਜ਼ਿਆਦਾ ਡਿਵੈਲਪ ਨਹੀਂ ਕਰ ਪਾ ਰਹੀ। ਉਸ ਤੋਂ ਬਾਅਦ ਹੈ ਨਿਗਲੈਕਸ਼ਨ ਆਫ ਟੂ ਦੀ ਆ ਨੈਚੁਰਲ ਰਿਸੋਰਸਿਸ। ਸਾਡੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਉਹਨਾਂ ਦੀ ਵੀ ਡਿਵੈਲਪਮੈਂਟ ਜਿਹੜੀ ਆ ਉਹ ਇੰਨੀ ਜ਼ਿਆਦਾ ਵਧੀਆ ਹੈ ਨਹੀਂ, ਜਿਹਦੇ ਕਰਕੇ ਜਿਹੜੀ ਆ ਉਹ ਪ੍ਰੋਬਲਮ ਕ੍ਰੀਏਟ ਹੋ ਰਹੀ ਆ ਇੰਡੀਆ ਦੇ ਵਿੱਚ, ਅਤੇ ਐਗਰੀਕਲਚਰ ਜਿਹੜੀ ਉਹ ਸਫ਼ਰ ਕਰ ਰਹੀ ਆ। ਉਸ ਤੋਂ ਬਾਅਦ ਹੈ ਇੰਪੈਕਟ ਆਫ ਡੀਮੋਨੀਟਰਾਈਜੇਸ਼ਨ। ਹੁਣ ਜਿਹੜੀ ਬਾਰ ਬਾਰ ਮੁਦਰਾ ਸਫੀਤੀ ਦਾ ਘਟਨਾ ਜਾਂ ਉਹਨਾਂ ਦੇ ਵਿੱਚ ਚੇਂਜਸ ਕਰਨੀਆਂ ਕਰੰਸੀ ਦੇ ਵਿੱਚ, ਇਹ ਇੰਪੈਕਟ ਕਰਦੀਆਂ ਨੇ ਜਿਹੜੇ ਕਿ ਪੂਅਰ ਕਲਾਸ ਪੀਪਲਸ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਸਫ਼ਰ ਕਰਨਾ ਪੈਂਦਾ ਵਾ, ਤਾਂ ਕਰਕੇ ਐਗਰੀਕਲਚਰ ਇਹ ਡਿਵੈਲਪਮੈਂਟ ਨਹੀਂ ਹੋ ਪਾ ਰਹੀ। ਉਸ ਤੋਂ ਬਾਅਦ ਹੈ ਐਕਸੈਸਿਵ ਪ੍ਰਾਈਜ਼ ਹੁੰਦੇ ਆ ਕਈ ਚੀਜ਼ਾਂ ਦੇ, ਜਿਹੜੀ ਕਿ ਉਹਨਾਂ ਨੂੰ ਯੂਜ਼ ਕਰਦੇ ਆ, ਜਿਵੇਂ ਫਰਟੀਲਾਈਜ਼ਰ ਹੋ ਗਏ, ਸੀਡਸ ਹੋ ਗਏ, ਇਹਨਾਂ ਦੇ ਪ੍ਰਾਈਜ਼ ਵੱਧਦੇ ਜਾ ਰਹੇ ਆ, ਪਰ ਐਗਰੀਕਲਚਰ ਆਊਟਪੁੱਟ ਉੱਥੇ ਦੀ ਉੱਥੇ ਖੜੀ ਆ ਅਤੇ ਉਹਦੀ ਇਨਕਮ ਵੀ ਜਿਹੜੀ ਆ ਉਨੀ ਕੀ ਆ, ਤਾਂ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਅਰਾਈਜ਼ ਹੋ ਰਹੀ ਆ। ਉਸ ਤੋਂ ਬਾਅਦ ਹੈ ਸਾਡੇ ਕੋਲ ਸਿੰਜਾਈ ਸਾਧਨ ਕੁਝ ਜ਼ਿਆਦਾ ਵਧੀਆ ਨਹੀਂ ਹੈਗੇ ਇੰਡੀਆ ਦੇ ਵਿੱਚ। ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਏਰੀਆ ਦੇ ਵਿੱਚ ਦੇਖਿਆ ਜਾਵੇ ਤਾਂ ਸਿੰਜਾਈ ਦੇ ਇੰਨੇ ਜ਼ਿਆਦਾ ਵਧੀਆ ਰਿਸੋਰਸ ਨਹੀਂ ਹੈ। ਅਜੇ ਵੀ ਲੋਕ ਜਿਹੜੇ ਨੇ ਉਹ ਨੈਚੁਰਲ ਵਾਟਰ ਰਿਸੋਰਸਿਸ ਦੇ ਉੱਤੇ ਹੀ ਡਿਪੈਂਡੈਂਟ ਕਰਦੇ ਆ। ਉਸ ਤੋਂ ਬਾਅਦ ਫਰਟੀਲਾਈਜ਼ਰਸ ਇੰਡਸਟਰੀਜ਼ ਨੇ ਉਹ ਜ਼ਿਆਦਾ ਵਧੀਆ ਫਰਟੀਲਾਈਜ਼ਰ ਨਹੀਂ ਯੂਜ਼ ਕਰਦੇ ਜਾਂ ਉਹਨਾਂ ਨੂੰ ਕਹਿ ਦਿਓ ਵੀ ਕੈਮੀਕਲ ਜ਼ਿਆਦਾ ਯੂਜ਼ ਕਰਦੇ, ਜਿਹਦੇ ਨਾਲ ਐਗਰੀਕਲਚਰ ਪ੍ਰੋਡਕਸ਼ਨ ਇਨਕਰੀਜ਼ ਹੁੰਦੀ ਆ ਬਟ ਜਿਹੜੀ ਕੁਆਲਿਟੀ ਆਫ ਪ੍ਰੋਡਕਟ ਆ ਉਹ ਘਟਦੀ ਸ਼ੁਰੂ ਹੋ ਜਾਂਦੀ ਆ। ਇਹ ਕੁਝ ਕੁ ਪ੍ਰੋਬਲਮ ਸੀਗੀਆਂ ਮੇਜਰ ਜਿਹੜੀਆਂ ਅਰਾਈਜ਼ ਹੁੰਦੀਆਂ ਸੀ। ਗੱਲ ਕਰੀਏ ਇੰਡੀਆ ਦੇ ਵਿੱਚ ਜਿਹੜੇ ਸੀਜ਼ਨ ਹੁੰਦੇ ਆ ਫਸਲਾਂ ਦੇ, ਤਾਂ ਇੰਡੀਆ ਦੇ ਵਿੱਚ 3 ਸੀਜ਼ਨ ਅਜਿਹੇ ਹੁੰਦੇ ਆ ਜਿਹੜੇ ਕਿ ਫਸਲਾਂ ਲਈ ਉਗਾਏ ਜਾਂਦੇ ਆ, ਜਿਵੇਂ ਕਿ ਰਾਵੀ, ਖਰੀਫ ਅਤੇ ਜੀਦ। ਇਹ 3 ਸੀਜ਼ਨ ਹੁੰਦੇ ਆ ਇੰਡੀਆ ਦੇ ਵਿੱਚ। ਦੇਖੋ ਰਾਵੀ ਜਿਹੜਾ ਸੀਜ਼ਨ ਆ ਉਹ ਕਦੋਂ ਆਉਂਦਾ, ਰਵੀ ਸੀਜ਼ਨ ਜਿਹੜਾ ਹੁੰਦਾ ਵਾ ਉਹ ਆਉਂਦਾ ਵਾ ਨਵੰਬਰ ਅਤੇ ਮਾਰਚ ਦੇ ਵਿੱਚ, ਜਿਹਦੇ ਵਿੱਚ ਅਸੀਂ ਕੀ ਆ ਕਣਕ ਉਗਾਉਂਦੇ ਹਾਂ, ਮਸਟਰਡ ਆਇਲ, ਤੰਬਾਕੂ ਅਜਿਹੇ ਪ੍ਰੋਡਕਟ ਜਿਹੜੇ ਉਗਾਏ ਜਾਂਦੇ ਆ। ਉਸ ਤੋਂ ਬਾਅਦ ਜਿਹੜਾ ਸਾਡਾ ਖਰੀਫ ਸੀਜ਼ਨ ਆ ਉਹਦੇ ਵਿੱਚ ਅਸੀਂ ਕੀ ਉਗਾਉਂਦੇ ਹਾਂ, ਰਾਈਜ਼ ਉਗਾਉਂਦੇ ਹਾਂ, ਮੱਕੀ ਉਗਾਉਂਦੇ ਹਾਂ, ਕਾਟਨ ਜਾਂ ਜੂਟ ਜਾਂ ਸ਼ੂਗਰ ਕੇਨ ਅਜਿਹੀਆਂ ਚੀਜ਼ਾਂ ਉਗਾਈਆਂ ਜਾਂਦੀਆਂ ਨੇ, ਤਾਂ ਜੋ ਕੀ ਆ ਵੀ ਇੰਡੀਆ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਉਹ ਸ਼ੁਰੂ ਹੋ ਸਕੇ। ਤਾਂ ਹੁਣ ਤੁਹਾਨੂੰ ਸਭ ਨੂੰ ਪਤਾ ਵੀ ਰਾਈਜ਼ ਦਾ ਸੀਜ਼ਨ ਚੱਲ ਰਿਹਾ ਵਾ, ਤਾਂ ਇਸ ਸਮੇਂ ਜਿਹੜਾ ਜੂਨ ਦੇ ਵਿੱਚ ਜਿਹੜਾ ਵਾ ਰਾਈਜ਼ ਜਿਹੜੇ ਆ ਉਹ ਲਗਾਈ ਜਾਣਗੇ। ਉਸ ਤੋਂ ਬਾਅਦ ਜਿੱਦਾਂ ਵਾ ਜਿਹੜਾ ਕਿ ਥੋੜ੍ਹਾ ਜਿਹਾ ਟਾਈਮ ਪੀਰੀਅਡ ਜਿਹੜਾ ਬਚ ਜਾਂਦਾ ਹੁੰਦਾ ਵਾ ਦੋ ਫਸਲਾਂ ਦੇ ਵਿਚਾਲੇ ਰਾਵੀ ਅਤੇ ਖਰੀਫ ਦੇ ਵਿੱਚ, ਤਾਂ ਦੋ ਦੋ ਮਹੀਨਿਆਂ ਦੇ ਵਿੱਚ ਅਸੀਂ ਕੁਛ ਕੁ ਅਜਿਹੀਆਂ ਫਸਲਾਂ ਉਗਾ ਲੈਂਦੇ ਹਾਂ ਜਿਹਦੇ ਨਾਲ ਸਾਡੀ ਇਨਕਮ ਵੀ ਇਨਕਰੀਜ਼ ਹੋ ਜਾਂਦੀ ਹੈ ਅਤੇ ਪਲੱਸ ਵੀ ਅਵੇਲੇਬਿਲਿਟੀ ਵੀ ਹੋ ਜਾਂਦੀ ਹੈ ਜਿਵੇਂ ਪ੍ਰੋਡਕਟ ਸੀ, ਜਿਵੇਂ ਸਾਡੇ ਕੋਲ ਖੀਰੇ ਹੋ ਗਏ, ਕੱਦੂ ਹੋ ਗਏ, ਅਜਿਹੀਆਂ ਚੀਜ਼ਾਂ ਜਿਹੜੀਆਂ ਉਗਾਈਆਂ ਜਾਂਦੀਆਂ ਕਿ ਸ਼ਾਰਟ ਪੀਰੀਅਡ ਦੇ ਲਈ ਉਗਾਈਆਂ ਜਾਂਦੀਆਂ ਨੇ। ਉਸ ਤੋਂ ਬਾਅਦ ਇਹਨਾਂ ਨੂੰ ਮੇਜਰ ਜਿਹੜੀਆਂ ਐਗਰੀਕਲਚਰ ਕ੍ਰੋਪਸ ਨੇ ਉਹਨਾਂ ਨੂੰ ਉਗਾਈਆਂ ਜਾਂਦੀਆਂ ਨੇ। ਉਸ ਤੋਂ ਬਾਅਦ ਹੈ ਫਰੂਟ ਕ੍ਰੋਪਸ। ਫਰੂਟ ਕ੍ਰੋਪਸ ਦੇ ਵਿੱਚ ਸਭ ਤੋਂ ਪਹਿਲੀ ਹੈ ਰਾਈਸ। ਰਾਈਸ ਦਾ ਸਭ ਤੋਂ ਪਤਾ ਵੀ ਇੰਡੀਆ ਜਿਹੜਾ ਵਾ ਸੈਕਿੰਡ ਲਾਰਜੈਸਟ ਪ੍ਰੋਡਿਊਸਰ ਆ ਅਤੇ ਐਕਸਪੋਰਟ ਸਭ ਤੋਂ ਜ਼ਿਆਦਾ ਕਰਦਾ ਵਾ ਰਾਈਸ ਦਾ ਪੂਰੇ ਵਰਲਡ ਦੇ ਵਿੱਚ। ਇੰਡੀਆ ਦੇ ਵਿੱਚ ਜਿਹੜਾ ਪ੍ਰੋਡਕਸ਼ਨ ਆ ਉਹ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋਈ ਆ। ਇਸ ਦੇ ਵਿੱਚ ਦਿਖਾਇਆ ਜਾ ਰਿਹਾ ਸਾਈਡ ਦੇ ਉੱਤੇ ਡਾਇਗਰਾਮ ਬਣੀ ਹੋਈ ਆ, ਡਾਇਗਰਾਮ ਸਾਨੂੰ ਕੀ ਸ਼ੋ ਕਰ ਰਹੀ ਹੈ ਵੀ ਇੰਡੀਆ ਦੇ ਵਿੱਚ ਜਿਹੜੇ ਐਗਰੀ ਸਭ ਤੋਂ ਜ਼ਿਆਦਾ ਰਾਈਸ ਕਿੱਥੇ ਉੱਗਦਾ ਵਾ, ਵੈਸਟ ਬੰਗਾਲ ਦੇ ਵਿੱਚ। ਫਿਰ ਉਸ ਤੋਂ ਬਾਅਦ ਹੋਰ ਜਿਹੜੀਆਂ ਸਟੇਟਸ ਨੇ ਜਿਵੇਂ ਮਹਾਰਾਸ਼ਟਰ ਹੋ ਜਾਏਗੀ, ਉੱਤਰ ਪ੍ਰਦੇਸ਼ ਹੋ ਜਾਏਗੀ, ਆਂਧਰਾ ਪ੍ਰਦੇਸ਼, ਪੰਜਾਬ, ਤਾਮਿਲਨਾਡੂ, ਬਿਹਾਰ, ਅਤੇ ਇਸ ਰਿਕਾਰਡਿੰਗ ਜਿਹੜੀ ਰਾਈਸ ਦੀ ਪ੍ਰੋਡਕਸ਼ਨ ਉਹ ਹੁੰਦੀ ਰਹਿੰਦੀ ਆ। ਪੰਜਾਬ ਦੇ ਵਿੱਚ 10% ਸਭ ਤੋਂ ਜ਼ਿਆਦਾ ਰਾਈਸ ਉਗਾਇਆ ਜਾਂਦਾ ਵਾ, ਸਭ ਤੋਂ ਜ਼ਿਆਦਾ 13% ਕਿੱਥੇ ਉਗਾਇਆ ਜਾ ਰਿਹਾ ਵਾ, ਵੈਸਟ ਬੰਗਾਲ ਦੇ ਵਿੱਚ ਉਗਾਇਆ ਜਾ ਰਿਹਾ। ਉਸ ਤੋਂ ਬਾਅਦ ਵੀਟ ਆ। ਵੀਟ ਦੀ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਚਾਈਨਾ ਵਾ ਉਹ ਟੌਪ ਦੇ ਉੱਤੇ ਆ, ਅਤੇ ਇਹ ਪੂਰੇ ਵਰਲਡ ਦਾ ਜਿਹੜਾ ਸਭ ਤੋਂ ਜ਼ਿਆਦਾ ਲਾਰਜੈਸਟ ਜਿਹੜੀ ਵੀਟ ਆ ਉਹ ਸਾਡੀ ਕਿੱਥੇ ਉੱਗ ਰਹੀ ਆ, ਚਾਈਨਾ ਦੇ ਵਿੱਚ ਉੱਗ ਰਹੀ ਆ। ਅਤੇ ਉਸ ਤੋਂ ਬਾਅਦ ਜਿਹੜਾ ਇੰਡੀਆ ਵਾ ਉਹ ਵੀਟ ਦੀ ਪ੍ਰੋਡਕਸ਼ਨ ਦੇ ਵਿੱਚ ਸੈਕਿੰਡ ਨੰਬਰ 'ਤੇ ਆਉਂਦਾ ਵਾ, ਅਤੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਉੱਗਦੀ ਆ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਅਜਿਹੇ ਸਟੇਟਸ ਦੇ ਵਿੱਚ ਉੱਗਦੀ ਆ। ਆ ਤੁਹਾਨੂੰ ਕੁਛ ਕੁ ਡਾਟਾ ਸ਼ੋ ਹੋ ਰਿਹਾ
28 स्टेट्स ने, ਅਤੇ ਉਹਦੇ ਵਿੱਚ ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲਾ, ਤੇਲੰਗਾਨਾ, ਇਹ ਕੁਛ ਅਜਿਹੀਆਂ ਸਟੇਟਸ ਨੇ ਜਿਹਦੇ ਵਿੱਚ ਸਿਰਫ ਕਣਕ ਚੌਲ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਫਸਲਾਂ ਉਗਾਈਆਂ ਜਾਂਦੀਆਂ ਨੇ। ਉਸ ਤੋਂ ਬਾਅਦ ਦੇਖੋ ਦਾਲਾਂ ਦੇ ਬਾਰੇ ਦੱਸਿਆ ਗਿਆ ਪਲਸ, ਜਿਹੜਾ ਵਾ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਆ ਦਾਲਾਂ ਉਗਾਈਆਂ ਜਾਂਦੀਆਂ ਨੇ, ਅਤੇ ਸਭ ਤੋਂ ਜ਼ਿਆਦਾ ਕੰਜ਼ਮਪਸ਼ਨ ਵੀ ਇੱਥੇ ਹੁੰਦੀ ਆ। ਵਰਲਡ ਦੇ 24% ਜਿਹੜਾ ਵਾ ਕੰਟਰੀਬਿਊਸ਼ਨ ਦਾਲਾਂ ਦਾ ਉਹ ਇੰਡੀਆ ਤੋਂ ਜਾਂਦਾ ਵਾ, ਅਤੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਦਾਲਾਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਹੁੰਦੀਆਂ ਨੇ। ਆਹ ਤੁਹਾਨੂੰ ਡਾਟਾ ਵੰਡਾਇਆ ਗਿਆ ਵਾ ਪੂਰੇ ਜਿਹੜੇ ਕੰਟੀਨੈਂਟਸ ਨੇ। ਏਸ਼ੀਆ ਜਿਹੜਾ ਵਾ ਸਭ ਤੋਂ ਜ਼ਿਆਦਾ ਕੰਟਰੀਬਿਊਟ ਕਰ ਰਿਹਾ ਦਾਲਾਂ ਦੇ ਵਿੱਚ, ਫਿਰ ਅਮੈਰੀਕਨ ਆ, ਫਿਰ ਅਫਰੀਕਾ ਵਾ, ਫਿਰ ਓਸ਼ੀਆ ਵਾ, ਅਤੇ ਉਸ ਤੋਂ ਬਾਅਦ ਯੂਰਪ ਜਿਹੜਾ ਵਾ ਕੰਟੀਨੈਂਟ ਉਹ ਕੰਟਰੀਬਿਊਟ ਕਰ ਰਿਹਾ ਵਾ। ਉਸ ਤੋਂ ਬਾਅਦ ਆ ਤੁਹਾਨੂੰ ਦਿਖਾਇਆ ਗਿਆ ਇਸ ਤੋਂ ਇਲਾਵਾ ਵੀ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਉਗਾਈਆਂ ਜਾਂਦੀਆਂ ਨੇ, ਉਹਦਾ ਡਾਟਾ ਦਿੱਤਾ ਗਿਆ ਵਾ। ਉਸ ਤੋਂ ਬਾਅਦ ਹੈ ਕਮਰਸ਼ੀਅਲ ਕ੍ਰੋਪਿੰਗ। ਸਭ ਨੂੰ ਪਤਾ ਵੀ ਵਪਾਰਕ ਖੇਤੀ ਕੀ ਹੁੰਦੀ ਆ, ਉਹ ਖੇਤੀ ਜਿਹਦੇ ਵਿੱਚ ਕੀ ਹੁੰਦਾ ਵੀ ਇਹ ਤਾਂ ਕੀਤੀ ਜਾਂਦੀ ਆ ਤਾਂ ਜੋ ਕੀ ਆ ਵੀ ਆਪਣੀ ਇਨਕਮ ਨੂੰ ਜ਼ਿਆਦਾ ਵਧਾਇਆ ਜਾ ਸਕੇ, ਬਟ ਇਹਦੇ ਵਿੱਚ ਜਿਹੜੀ ਕੋਸਟ ਹੁੰਦੀ ਆ ਥੋੜ੍ਹੀ ਘੱਟ ਪੈਂਦੀ ਆ, ਬਟ ਇਨਕਮ ਬਹੁਤ ਜ਼ਿਆਦਾ ਹੁੰਦੀ ਹੈ। ਜਿਵੇਂ ਕਿ ਇਹਦੇ ਵਿੱਚ ਕੀ ਹੁੰਦੇ ਆ, ਪਸ਼ੂਆਂ ਨੂੰ ਉਗਾਉਣਾ, ਪਿਗਸ ਹੋ ਗਏ, ਚਿਕਨ ਹੋ ਗਏ ਜਾਂ ਹੋਰ ਕਈ ਪ੍ਰੋਡਕਟਸ ਹੋ ਗਏ, ਇਹਨਾਂ ਨੂੰ ਜਿਹੜੇ ਫਾਰਮਰ ਉਗਾਉਂਦੇ ਆ ਫੋਰ ਕਮਰਸ਼ੀਅਲ ਪਰਪਸ, ਯਾਨੀ ਕਿ ਵੇਚਣ ਦੇ ਲਈ। ਆ ਤੁਹਾਨੂੰ ਦਿਖਾਈਆਂ ਨੇ ਕਿਹੜੀਆਂ ਕਿਹੜੀਆਂ ਕ੍ਰੋਪਸ ਨੇ, ਜਿਵੇਂ ਜੂਟ ਹੋ ਗਿਆ, ਕਾਟਨ ਹੋ ਗਿਆ, ਅਤੇ ਉਸ ਤੋਂ ਬਾਅਦ ਟ੍ਰੀ ਹੋ ਗਈ, ਸ਼ੂਗਰ ਕੇਨ ਹੋ ਗਿਆ, ਰਾਈਜ਼ ਹੋ ਗਿਆ, ਇਹ ਕੁਛ ਅਜਿਹੀਆਂ ਕ੍ਰੋਪਸ ਨੇ ਜਿਹੜੀਆਂ ਉਗਾਈਆਂ ਜਾਂਦੀਆਂ ਨੇ ਫੋਰ ਆ ਕਮਰਸ਼ੀਅਲ ਪਰਪਸ ਦੇ ਲਈ। ਉਸ ਤੋਂ ਬਾਅਦ ਐਨੀਮਲ ਹਾਰਵੈਸਟਿੰਗ, ਜਿਹਦੇ ਵਿੱਚ ਪਸ਼ੂ ਪਾਲਣ ਕੀਤਾ ਜਾਂਦਾ ਵਾ ਤਾਂ ਜੋ ਕੀ ਆ ਵੀ ਇਹਨਾਂ ਤੋਂ ਜਿਹੜੀ ਇਨਕਮ ਆ ਉਹ ਜਨਰੇਟ ਕੀਤੀ ਜਾਵੇ, ਜਿਵੇਂ ਬਫੈਲੋਜ਼ ਹੋ ਗਏ, ਕਾਊਜ਼ ਹੋ ਗਈਆਂ, ਗੋਟਸ ਹੋ ਗਏ, ਪਿਗਸ ਹੋ ਗਏ, ਪੋਲਟਰੀ ਫਾਰਮ ਹੋ ਗਏ ਜਾਂ ਰੈਬਿਟਸ ਹੋ ਗਈਆਂ, ਤਾਂ ਇਹ ਸਾਰੀਆਂ ਚੀਜ਼ਾਂ ਉਗਾਈਆਂ ਇਹ ਰੱਖੇ ਜਾਂਦੇ ਆ ਤਾਂ ਜੋ ਕੀ ਆ ਇਹਨਾਂ ਐਨੀਮਲਸ ਨੂੰ ਤੋਂ ਹੋਰ ਵੀ ਜ਼ਿਆਦਾ ਇਨਕਮ ਜਿਹੜੀ ਆ ਉਗਾਈ ਜਾ ਸਕੇ। ਇਹ ਵੀ ਹੁਣ ਅੱਜ ਕੱਲ੍ਹ ਖੇਤੀਬਾੜੀ ਦੇ ਵਿੱਚ ਇਨਕਲੂਡ ਕੀਤਾ ਜਾ ਰਿਹਾ ਵਾ। ਉਸ ਤੋਂ ਬਾਅਦ ਹੋਸਟੀਕਲਚਰ, ਹੋਸਟੀਕਲਚਰ ਦੇ ਵਿੱਚ ਆ ਤੁਹਾਨੂੰ ਦਿਖ ਰਿਹਾ ਹੋਊਗਾ ਫਲ ਫਰੂਟਸ ਜਾਂ ਹੋਰ ਸਬਜ਼ੀਆਂ ਉਗਾਉਣੀਆਂ, ਅਤੇ ਇਹਦੇ ਵਿੱਚ ਵੀ ਜਿਹੜਾ ਇੰਡੀਆ ਵਾ ਅੱਜ ਕੱਲ੍ਹ ਗਰੋ ਕਰ ਰਿਹਾ ਵਾ। ਅਤੇ ਲਾਸਟ ਦੇ ਵਿੱਚ ਆਉਂਦਾ ਵਾ ਫੋਰੈਸਟ ਵੀ, ਜਿਹੜੇ ਫੋਰੈਸਟ ਨੇ ਉਹਨਾਂ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਵਾ, ਚਾਹੇ ਇੱਕ ਈਕੋ ਸਟੈਂਡਰਡ ਬਣਾਉਣ ਦੇ ਲਈ ਜਾਂ ਈਕੋ ਇਨਵਾਇਰਮੈਂਟ ਬਣਾਉਣ ਦੇ ਲਈ ਜਾਂ ਫਿਰ ਬਾਇਓਡਾਇਵਰਸਿਟੀਜ਼, ਯਾਨੀ ਕਿ ਜਿਹੜੀਆਂ ਸਾਨੂੰ ਭਿੰਨ ਭਿੰਨ ਤਰ੍ਹਾਂ ਦੀਆਂ ਬਨਸਪਤੀਆਂ ਜਾਂ ਕਹਿ ਦਿਓ ਵੈਜੀਏਸ਼ਨ ਦੇਖਣ ਨੂੰ ਮਿਲਦੀਆਂ ਨੇ, ਤਾਂ ਉਹਨਾਂ ਨੂੰ ਬਚਾਉਣ ਦੇ ਲਈ ਜਾਂ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਦੇ ਲਈ, ਕਾਰਬਨ ਡਾਈਆਕਸਾਈਡ ਨੂੰ ਘਟਾਉਣ ਦੇ ਲਈ, ਅਤੇ ਇੱਕ ਵਧੀਆ ਇਨਵਾਇਰਮੈਂਟ ਪ੍ਰੋਵਾਈਡ ਕਰਨ ਦੇ ਲਈ ਫੋਰੈਸਟ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋ ਰਹੀ ਆ, ਤਾਂ ਸਾਨੂੰ ਫੋਰੈਸਟ ਨੂੰ ਵੀ ਇੰਨੀ ਤਵੱਜੋ ਦੇਣੀ ਚਾਹੀਦੀ ਆ ਅਤੇ ਉਹਨਾਂ ਨੂੰ ਸੇਵ ਕਰਨ ਦੇ ਵਿੱਚ ਸਾਨੂੰ ਹੈਲਪ ਕਰਨੀ ਚਾਹੀਦੀ ਆ। ਇਹ ਸੀਗਾ ਚੈਪਟਰ ਐਕਸਪਲੇਨੇਸ਼ਨ। ਉਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਵੈਰੀ ਸ਼ਾਰਟ ਕੁਐਸਚਨ ਆਨਸਰ ਦੀ ਟ੍ਰਾਂਸਲੇਸ਼ਨ ਦੇ ਵਿੱਚ। ਤਾਂ ਦੇਖੋ ਫਸਟ ਕੁਐਸਚਨ ਹੈਗਾ ਨੇਮ ਆਫ ਦੀ ਕ੍ਰੋਪਸ ਵਿਚ ਇਜ਼ ਨੋਨ ਇਨ ਦੀ ਖਰੀਫ, ਖਰੀਫ ਸੀਜ਼ਨ ਦੇ ਵਿੱਚ ਉਗਾਈਆਂ ਜਾਣ ਵਾਲੀਆਂ ਫਸਲਾਂ ਕਿਹੜੀਆਂ ਨੇ ਉਹ ਸਭ ਨੂੰ ਪਤਾ ਕਿਹੜੀਆਂ ਕਿਹੜੀਆਂ ਨੇ। ਰਾਈਜ਼ ਆ, ਜਵਾਰ ਆ, ਬਾਜਰਾ ਵਾ, ਮਿਜ਼ਲ ਆ, ਕੋਕੋਨਟ, ਗਰਾਊਂਡ ਨੈਟਸ ਆ, ਜੂਟਸ ਆ, ਅਤੇ ਕਾਟਨ ਉਗਾਈ ਜਾਂਦੀ ਆ। ਉਸ ਤੋਂ ਬਾਅਦ ਹੈ ਵਟ ਵਿਚ ਆਰ ਦੀ ਕ੍ਰੋਪਸ ਆਫ ਟੂ ਦੀ ਆ ਰਵੀ ਸੀਜ਼ਨ, ਰਵੀ ਸੀਜ਼ਨ ਦੇ ਵਿੱਚ ਕਿਹੜੀਆਂ ਉਗਾਈਆਂ ਜਾਂਦੀਆਂ ਨੇ। ਇਹਦੇ ਵਿੱਚ ਜ਼ਿਆਦਾਤਰ ਅਸੀਂ ਕਣਕ ਉਗਾਉਂਦੇ ਹਾਂ ਜਾਂ ਮਸਟਰਡ ਆਇਲ ਜਾਂ ਰੈਪਸੀਡਸ, ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਗਾਈਆਂ ਜਾਂਦੀਆਂ ਨੇ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਡਿਫਰੈਂਸ ਬਿਟਵੀਨ ਦੀ ਗਨੀਰ ਮਨਿਓਰ ਐਂਡ ਫਰਟੀਲਾਈਜ਼ਰ। ਹੁਣ ਗਨੀਰ ਮਨਿਓਰ ਜਿਹੜਾ ਹੁੰਦਾ ਵਾ ਇਹ ਖਾਦ ਹੁੰਦੀ ਆ, ਹਰੀ ਖਾਦ ਕਿਹਾ ਜਾਂਦਾ ਵਾ, ਦੂਜਾ ਹੁੰਦਾ ਵਾ ਫਰਟੀਲਾਈਜ਼ਰ। ਹੁਣ ਸਭ ਨੂੰ ਪਤਾ ਵੀ ਜਿਹੜੇ ਫਰਟੀਲਾਈਜ਼ਰ ਨੇ ਉਹ ਕੈਮੀਕਲ ਤੋਂ ਬਣਦੇ ਆ, ਅਤੇ ਜਿਹੜੇ ਗ੍ਰੀਨ ਮਨਿਓਰਸ ਨੇ ਉਹ ਗੋਬਰ ਜਾਂ ਹਰੇ ਪਲਾਂਟਸ ਦੀਆਂ ਪੱਤੀਆਂ ਤੋਂ ਜਿਹੜੀਆਂ ਮਿਲ ਕੇ ਬਣਾਈ ਜਾਂਦੀ ਆ, ਅਤੇ ਕੰਪੋਸਟ ਖਾਦ ਇਹਨੂੰ ਕਿਹਾ ਜਾਂਦਾ ਵਾ, ਜਿਹਦੇ ਨਾਲ ਜਿਹੜੀ ਫਰਟੀਲਾਈਜ਼ੇਸ਼ਨ ਆ ਉਹ ਵੀ ਇਨਕਰੀਜ਼ ਹੋ ਜਾਂਦੀ ਆ। ਉਸ ਤੋਂ ਬਾਅਦ ਹੈ ਐਗਰੀਕਲਚਰ ਪ੍ਰੋਡਕਸ਼ਨ ਕੀ ਹੁੰਦੀ ਆ, ਉਹ ਸਭ ਨੂੰ ਪਤਾ ਵੀ ਇੱਕ ਇੱਕ ਯਾਰਡ ਦੇ ਵਿੱਚ ਪਰ ਹੈਕਟੇਅਰ ਕਿੰਨੀ ਪ੍ਰੋਡਕਸ਼ਨ ਹੋਈ ਜਾਂ ਟੋਟਲ ਪ੍ਰੋਡਕਸ਼ਨ ਕਿੰਨੀ ਹੁੰਦੀ ਹੈ ਇੱਕ ਲੈਂਡ ਤੋਂ, ਉਹਨੂੰ ਅਸੀਂ ਐਗਰੀਕਲਚਰ ਪ੍ਰੋਡਕਸ਼ਨ ਕਹਿ ਦਿੰਦੇ ਹਾਂ। ਵਟ ਇਜ਼ ਦੀ ਆ ਮਿਲਚਸ ਕੈਟਲ, ਮਿਲਚਸ ਕੈਟਲ ਦਾ ਮਤਲਬ ਕੀ ਹੁੰਦਾ ਵੀ ਜਿਨ੍ਹਾਂ ਤੋਂ ਸਾਨੂੰ ਦੁੱਧ ਪ੍ਰਾਪਤ ਹੁੰਦਾ ਜਾਂ ਮਿਲਕ ਪ੍ਰਾਪਤ ਹੁੰਦਾ ਉਹਨਾਂ ਨੂੰ ਕਿਹਾ ਜਾਂਦਾ, ਜਿਵੇਂ ਕਾਓ ਹੋ ਗਏ, ਬਫੈਲੋਸ ਹੋ ਗਏ, ਇਹਨਾਂ ਨੂੰ ਇਹਦੇ ਵਿੱਚ ਇੰਕਲੂਡ ਕੀਤਾ ਜਾਂਦਾ ਵਾ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਆ ਫੈਲੋ ਲੈਂਡ, ਫੈਲੋ ਲੈਂਡ ਕਿਹੜੀ ਹੁੰਦੀ ਆ, ਉਹ ਇੱਕ ਅਜਿਹਾ ਲੈਂਡ ਦਾ ਪੀਸ ਹੁੰਦਾ ਵਾ ਜਿੱਥੇ ਇੱਕ ਫਸਲ ਉਗਾਈ ਜਾਂਦੀ ਆ ਕਿੰਨੇ ਸਾਲਾਂ ਵਿੱਚ, ਦੋ ਜਾਂ ਤਿੰਨ ਸਾਲਾਂ ਦੇ ਵਿੱਚ, ਬਾਕੀ ਜਿਹੜੇ ਦੋ ਤਿੰਨ ਸਾਲ ਨੇ ਉਹਨੂੰ ਖਾਲੀ ਰੱਖਿਆ ਜਾਂਦਾ ਤਾਂ ਜੋ ਕਿ ਉਹਦੀ ਉਪਜਾਊ ਸ਼ਕਤੀ ਵਧਾਈ ਜਾ ਸਕੇ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਆ ਪਰਸੈਂਟੇਜ ਏਰੀਆ ਆਫ ਦੀ ਆ ਅਵਰ ਕੰਟਰੀ ਅੰਡਰ ਦੀ ਆ ਫੋਰੈਸਟ, ਜੰਗਲਾਂ ਦੇ ਅੰਡਰ ਆਉਣ ਵਾਲੀ ਜਿਹੜੀ ਪਰਸੈਂਟੇਜ ਕਿੰਨੀ ਆ ਸਾਡੀ ਕੰਟਰੀ ਦੀ, ਤਾਂ ਉਹ ਕਿੰਨੀ ਆ 23.3% ਜਿਹੜੀ ਆ ਉਹ ਲੈਂਡ ਜਿਹੜੀ ਆ ਉਹ ਫੋਰੈਸਟ ਦੇ ਅੰਡਰ ਆਉਂਦੀ ਆ। ਹਾਊ ਮੱਚ ਏਰੀਆ ਸ਼ੁੱਡ ਬੀ ਅੰਡਰ ਇਨ ਦੀ ਫੋਰੈਸਟ ਫਰੋਮ ਟੂ ਦੀ ਸਾਇੰਟਿਫਿਕ ਪੁਆਇੰਟ ਆਫ ਵਿਊ, ਵਿਗਿਆਨਿਕ ਦ੍ਰਿਸ਼ਟੀਕੋਣ ਦੇ ਅਕੋਰਡਿੰਗ ਵੀ ਸਾਡੇ ਕਿੰਨੇ ਏਰੀਆ ਜਿਹੜਾ ਵਾ ਉਹ ਜੰਗਲਾਂ ਦਾ ਉਹ ਸਾਡਾ ਅੰਡਰ ਆਉਣਾ ਚਾਹੀਦਾ ਵਾ ਫੋਰੈਸਟ ਦੇ, ਤਾਂ ਉਹ ਸੀਗਾ 33.8%, ਬਟ ਹੈਗਾ ਕਿੰਨਾ ਵਾ ਸਾਡਾ ਕਿੰਨਾ ਹੈਗਾ ਵਾ ਉਹ ਕਿੰਨਾ ਵਾ 23.3%, ਯਾਨੀ ਕਿ 23.3% ਆ, ਬਟ 33.8% ਆਉਣਾ ਚਾਹੀਦਾ, ਬਹੁਤ ਜ਼ਿਆਦਾ ਘੱਟ ਆ, ਯਾਨੀ ਕਿ ਸਾਡਾ ਜਿਹੜਾ ਡਿਫਰੈਂਸ ਆ ਉਹ 15 ਦੇ ਨੀਅਰ ਅਰਾਊਂਡ ਹੈਗਾ ਵਾ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਆ ਮੱਚ
ਪੰਜਾਬ ਦਾ ਕਿੰਨਾ ਆ ਰਿਹਾ 5.7% ਏਰੀਆ ਜਿਹੜਾ ਵਾ ਉਹ ਫੋਰੈਸਟ ਦੇ ਅੰਡਰ ਆ ਰਿਹਾ, ਬਾਕੀ ਜਿਹੜਾ ਵਾ ਉਹ ਐਗਰੀਕਲਚਰ ਪਰਪਸ ਲਈ ਅਸੀਂ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਪਰਸੈਂਟੇਜ ਆਫ ਐਗਰੀਕਲਚਰ ਲੈਂਡ ਇਨ ਦੀ ਵਰਲਡ ਏਰੀਆਜ਼, ਵਰਲਡ ਦੇ ਏਰੀਆ ਦੇ ਅਕੋਰਡਿੰਗ ਵੀ ਇੰਡੀਆ ਦੇ ਵਿੱਚ ਕਿੰਨੀ ਲੈਂਡ ਜਿਹੜੀ ਉਹ ਐਗਰੀਕਲਚਰ ਪਰਪਸ ਲਈ ਯੂਜ਼ ਕੀਤੀ ਜਾਂਦੀ ਹੈ, ਸਿਰਫ 10% ਹੀ ਯੂਜ਼ ਕੀਤੀ ਜਾਂਦੀ ਹੈ ਜੇਕਰ ਅਸੀਂ ਵਰਲਡ ਨਾਲ ਕੰਪੇਅਰ ਕਰੀਏ। ਉਸ ਤੋਂ ਬਾਅਦ ਹੈ ਹਾਊ ਮੱਚ ਦੀ ਪਰਸੈਂਟੇਜ ਆਫ ਦੀ ਲੈਂਡ ਅੰਡਰ ਦੀ ਐਗਰੀਕਲਚਰ ਇਨ ਇੰਡੀਆ, ਇੰਡੀਆ ਦੇ ਵਿੱਚ ਐਗਰੀਕਲਚਰਲ ਲੈਂਡ ਕਿੰਨੀ ਆ, 50% ਹੀ ਸਿਰਫ ਅਸੀਂ ਯੂਜ਼ ਕਰਦੇ ਹਾਂ ਏਰੀਏ ਦੇ ਅਕੋਰਡਿੰਗ ਜੋ ਦੇਖਿਆ ਜਾਵੇ ਇੰਡੀਆ ਦੇ, ਸਿਰਫ 50% ਹੀ ਅਸੀਂ ਖੇਤੀਬਾੜੀ ਲਈ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਹੈ ਸਭ ਤੋਂ ਜ਼ਿਆਦਾ ਜਿਹੜੀ ਕਣਕ ਆ ਉਹ ਕਿਹੜੀ ਸਟੇਟ ਉਗਾਉਂਦੀ ਆ, ਸਭ ਨੂੰ ਪਤਾ ਹੋਣੀ ਅਸੀਂ ਕੀਤਾ ਸੀ ਉੱਤਰ ਪ੍ਰਦੇਸ਼ ਦੇ ਵਿੱਚ ਉੱਗਦੀ ਆ। ਉਸ ਤੋਂ ਬਾਅਦ ਹੈ ਸਾਡੇ ਕੋਲ ਵਿੱਚ ਸਟੇਟ ਆਫ ਦੀ ਕੰਟਰੀ ਕੰਟਰੀਬਿਊਟ ਦੀ ਆ ਲਾਰਜੈਸਟ ਅਮਾਊਂਟ ਆਫ ਦੀ ਆ ਵੀਟ ਟੂ ਦੀ ਆ ਸੈਂਟਰ ਪੋਲ। ਹੁਣ ਸੈਂਟਰ ਪੋਲ ਯਾਨੀ ਕਿ ਜਿਹੜੀ ਇੱਕ ਵਧੀਆ ਪਬਲਿਕ ਡਿਸਟ੍ਰੀਬਿਊਸ਼ਨ ਦੇ ਲਈ ਜਿਹੜੀ ਅਸੀਂ ਕਣਕ ਆ ਜਿਹੜੀ ਉਹ ਸਭ ਤੋਂ ਜ਼ਿਆਦਾ ਕਿੱਥੋਂ ਕੰਟਰੀਬਿਊਟ ਕੀਤੀ ਜਾਂਦੀ, ਕਿਹੜੀ ਸਟੇਟ ਦੁਆਰਾ ਕੀਤੀ ਜਾਂਦੀ ਆ, ਪੰਜਾਬ ਦੁਆਰਾ ਕੀਤੀ ਜਾਂਦੀ ਆ, ਯਾਦ ਰੱਖਣਾ ਤੁਸੀਂ। ਵਟ ਆਫ ਦੀ ਆ ਨੈਟਸ ਨੋਨ ਏਰੀਆ ਆਫ ਅਵਰ ਕੰਟਰੀ, ਨੈਟਸ ਨੋਨ ਏਰੀਆ ਕਿੰਨਾ ਵਾ ਸਾਡੇ ਕੰਟਰੀ ਦਾ, 47% ਟੋਟਲ ਏਰੀਆ ਜਿਹੜਾ ਵਾ ਉਹ ਇਹਨਾਂ ਲੈਂਡਸ ਦੇ ਵਿੱਚ ਆ ਜਾਂਦਾ ਵਾ। ਉਸ ਤੋਂ ਬਾਅਦ ਹੈ ਵਟ ਆਰ ਦੀ ਆ ਕੋਜ਼ ਆਫ ਡਿਕਰੀਜ਼ਿੰਗ ਪੋਸਚੂਅਰਸ ਲੈਂਡ, ਪੋਸਚੂਅਰ ਲੈਂਡ ਘਟਣ ਦਾ ਕਾਰਨ ਕੀ ਆ, ਇਹਦਾ ਮੇਨ ਰੀਜ਼ਨ ਜਿਹੜਾ ਵਾ ਉਹ ਅਸੀਂ ਆਪਣੀ ਜਿਹੜੀ ਖੇਤੀ ਨੂੰ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਉਹ ਵੱਧਦੀਆਂ ਜਾ ਰਹੀਆਂ ਨੇ, ਕਿਉਂ ਕਿਉਂਕਿ ਸਾਡੀ ਜਿਹੜੀ ਪਾਪੂਲੇਸ਼ਨ ਆ ਸਾਡੀ ਕੰਟਰੀ ਦੀ ਉਹ ਵੱਧਦੀ ਜਾ ਰਹੀ ਆ, ਤਾਂ ਕਰਕੇ ਕਲਟੀਵੇਟਰ ਲੈਂਡ ਜਿਹੜੀ ਆ ਉਹਨੂੰ ਯੂਜ਼ ਕੀਤਾ ਜਾ ਰਿਹਾ ਵਾ ਰੈਜ਼ੀਡੈਂਸ਼ੀਅਲ ਪਰਪਸ ਦੇ ਲਈ। ਉਸ ਤੋਂ ਬਾਅਦ ਹੈ ਹਾਊ ਮੱਚ ਮੋਰ ਪਰਸੈਂਟੇਜ ਏਰੀਆ ਸ਼ੁੱਡ ਬੀ ਆ ਅੰਡਰ ਦੀ ਆ ਫੋਰੈਸਟ ਇਨ ਪੰਜਾਬ, ਪੰਜਾਬ ਦੇ ਵਿੱਚ ਕਿੰਨਾ ਏਰੀਆ ਜਿਹੜਾ ਵਾ ਉਹ ਫੋਰੈਸਟ ਦੇ ਵਿੱਚ ਆਉਣਾ ਚਾਹੀਦਾ ਸੀ, 27% ਆਉਣਾ ਚਾਹੀਦਾ ਸੀ ਸਾਇੰਟੀਫਿਕ ਏਰੀਆ ਦੇ ਅਕੋਰਡਿੰਗ, ਬਟ ਸਾਡੇ ਕੋਲ ਕਿੰਨਾ ਵਾ 5.7% ਆ, ਤਾਂ ਬਹੁਤ ਜ਼ਿਆਦਾ ਘੱਟ ਏਰੀਆ ਵਾ, ਤਾਂ ਸਾਨੂੰ ਜਿਹੜੇ ਫੋਰੈਸਟ ਨੇ ਉਹ ਲਗਾਉਣੇ ਚਾਹੀਦੇ ਆ ਜਾਂ ਟ੍ਰੀਜ਼ ਦੀ ਦੇਖਭਾਲ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਹੈ ਇਨ ਦੀ ਈਅਰ 2001 ਹਾਊ ਮੱਚ ਟੂ ਦੀ ਫੂਡ ਅਵੇਲੇਬਲ ਫੋਰ ਪਰ ਪਰਸਨ ਪਰ ਈਅਰ ਇਨ ਇੰਡੀਆ, ਇੰਡੀਆ ਦੇ ਵਿੱਚ 2001 ਦੇ ਅਨੁਸਾਰ ਵੀ ਸਾਨੂੰ ਕਿੰਨਾ ਭੋਜਨ ਚਾਹੀਦਾ ਸੀ, 458 ਗ੍ਰਾਮ ਸਾਨੂੰ ਚਾਹੀਦਾ ਸੀ ਹਰੇਕ ਬੰਦੇ ਨੂੰ ਹਰੇਕ ਸਾਲ ਦੇ ਵਿੱਚ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਐਗਰੀਕਲਚਰ ਡੈਂਸਿਟੀ ਇਨ ਇੰਡੀਆ, ਇੰਡੀਆ ਦੇ ਵਿੱਚ ਐਗਰੀਕਲਚਰ ਡੈਂਸਿਟੀ ਕਿੰਨੀ ਹੋਣੀ ਚਾਹੀਦੀ ਹੈ, ਕਿੰਨੇ ਲੋਕਾਂ ਨੂੰ ਦੇਖਣਾ ਚਾਹੀਦਾ ਵਾ ਐਗਰੀਕਲਚਰ ਦੇ ਲਈ, 482 ਪਰ ਪਰਸਨ ਜਿਹੜਾ ਸਕੇਅਰ ਕਿਲੋਮੀਟਰ ਏਰੀਆ ਦੇ ਵਿੱਚ ਐਗਰੀਕਲਚਰ ਡੈਂਸਿਟੀ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਹੈ 18ਵਾਂ ਕੁਐਸਚਨ ਵਟ ਇਜ਼ ਦੀ ਐਵਰੇਜ ਆਫ ਦੀ ਪਰ ਕੈਪਟਾ ਕਲਚਰਲ ਲੈਂਡ, ਪਰ ਕੈਪਟਾ ਕਲਚਰਲ ਲੈਂਡ ਕਿੰਨੀ ਆ, 2.20 ਹੈਕਟੇਅਰ ਜਿਹੜਾ ਏਰੀਆ ਵਾ ਉਹ ਯੂਜ਼ ਕੀਤਾ ਜਾਣਾ ਚਾਹੀਦਾ ਵਾ। ਉਸ ਤੋਂ ਬਾਅਦ ਹੈ ਨੇਮ ਦੀ ਸਟੇਟ ਆਫ ਦੀ ਪ੍ਰੋਡਕਸ਼ਨ ਆਫ ਦੀ ਆ ਲਾਰਜੈਸਟ ਅਮਾਊਂਟ ਆਫ ਰਾਈਸ, ਸਭ ਤੋਂ ਜ਼ਿਆਦਾ ਜਿਹੜੇ ਚੌਲ ਨੇ ਉਹ ਕਿੱਥੇ ਉੱਗਦੇ, ਸਭ ਨੂੰ ਪਤਾ ਕਿੱਥੇ ਉੱਗਦੇ ਆ, ਵੈਸਟ ਬੰਗਾਲ ਦੇ ਵਿੱਚ ਉੱਗਦੇ ਆ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਰੈਂਕ ਆਫ ਪੰਜਾਬ ਇਨ ਦੀ ਟਰਮਸ ਆਫ ਪਰ ਹੈਕਟੇਅਰ ਪ੍ਰੋਡਕਸ਼ਨ ਆਫ ਵੀਟ, ਵੀਟ ਦੀ ਪਰ ਹੈਕਟੇਅਰ ਪ੍ਰੋਡਕਸ਼ਨ ਦੇ ਅਕੋਰਡਿੰਗ ਪੰਜਾਬ ਕਿੰਨਵੇਂ ਸਥਾਨ 'ਤੇ ਆਉਂਦਾ, ਪਹਿਲੇ ਸਥਾਨ 'ਤੇ ਆਉਂਦਾ ਪੂਰੇ ਇੰਡੀਆ ਦੇ ਵਿੱਚੋਂ, ਕਿਉਂਕਿ ਇੱਥੇ ਪਰ ਹੈਕਟੇਅਰ ਜਿਹੜੀ ਝਾੜ ਆ ਕਣਕ ਦੀ ਉਹ ਸਭ ਤੋਂ ਜ਼ਿਆਦਾ ਹੁੰਦੀ ਆ, ਉੱਤਰ ਪ੍ਰਦੇਸ਼ ਦੇ ਨਾਲੋਂ ਵੀ ਜ਼ਿਆਦਾ ਹੁੰਦੀ ਆ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਰੈਂਕ ਆਫ ਦੀ ਇੰਡੀਆ ਇਨ ਦੀ ਟਰਮਸ ਆਫ ਪ੍ਰੋਡਕਸ਼ਨ ਆਫ ਦੀ ਪਲਸ, ਵੀ ਦਾਲਾਂ ਦੀ ਪ੍ਰੋਡਕਸ਼ਨ ਦੇ ਵਿੱਚ ਇੰਡੀਆ ਦਾ ਕਿੰਨਵਾਂ ਸਥਾਨ ਆਉਂਦਾ ਹੋਣੀ, ਅਸੀਂ ਚੈਪਟਰ ਦੇ ਵਿੱਚ ਪੜ੍ਹਿਆ ਪਹਿਲੇ ਨੰਬਰ 'ਤੇ ਆਉਂਦਾ, 24% ਜਿਹੜੀ ਆ ਵਰਲਡ ਦੀ ਜਿਹੜੀ ਦਾਲਾਂ ਦੀ ਜ਼ਰੂਰਤ ਆ ਉਹ ਇੰਡੀਆ ਪੂਰੀ ਕਰਦਾ ਵਾ। ਉਸ ਤੋਂ ਬਾਅਦ ਹੈ ਆਫਟਰ ਦੀ ਗ੍ਰੀਨ ਰੈਵੋਲਿਊਸ਼ਨ ਵਟ ਟਾਈਪਸ ਆਫ ਦੀ ਚੇਂਜ ਆਕਰ ਇਨ ਦੀ ਪ੍ਰੋਡਕਸ਼ਨ, ਵੀ ਹਰੀ ਕ੍ਰਾਂਤੀ ਦੇ ਆਉਣ ਦੇ ਨਾਲ ਸਾਡੀ ਜਿਹੜੀ ਪ੍ਰੋਡਕਸ਼ਨ ਦੇ ਵਿੱਚ ਕਿਹੜੀਆਂ ਚੇਂਜਿਸ ਆਈਆਂ। ਹੁਣ ਦੇਖਿਆ ਜਾਵੇ ਦਾਲਾਂ ਦੀ ਜਿਹੜੀ ਉਸ ਤੋਂ ਪਹਿਲਾਂ ਯਾਨੀ ਕਿ ਹਰੀ ਕ੍ਰਾਂਤੀ ਤੋਂ ਆਉਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜਾ ਸੀ 9.3 ਲੱਖ ਜਿਹੜਾ ਹੈਕਟੇਅਰ ਸੀ ਉਹ ਦਾਲਾਂ ਉਗਾਈਆਂ ਜਾਂਦੀਆਂ ਸੀ, ਪਰ ਜਦੋਂ ਹਰੀ ਕ੍ਰਾਂਤੀ ਆਈ ਤਾਂ ਇਹ ਘੱਟ ਕੇ ਕਿੰਨੀ ਰਹਿ ਗਈ, ਸਿਰਫ 95,000 ਹੀ ਰਹਿ ਗਈ ਸੀ ਪਰ ਹੈਕਟੇਅਰ। ਉਸ ਤੋਂ ਬਾਅਦ ਹੈ ਐਟ ਦੀ ਐਂਡ ਆਫ ਦੀ 21st century ਹਾਊ ਮੱਚ ਫੂਡ ਗੇਨ ਵੁੱਡ ਬੀ ਰਿਕੁਆਇਰਡ ਫੋਰ ਦੀ ਇੰਡੀਅਨ ਪਾਪੂਲੇਸ਼ਨ, 21ਵੀਂ ਸਦੀ ਦੇ ਅੰਤ ਹੁੰਦੇ ਤੱਕ ਵੀ ਕਿੰਨੀ ਇੰਡੀਅਨ ਪਾਪੂਲੇਸ਼ਨ ਦਾ ਕਿੰਨਾ ਜਿਹੜੀ ਚੀਜ਼ ਆ ਉਹ ਫੋਰੈਸਟ ਗ੍ਰੀਨ ਦੇ ਲਈ ਜਾਂ ਭੋਜਨ ਸਮੱਗਰੀ ਜਿਹੜੀ ਸਾਨੂੰ ਲੋੜ ਪਊਗੀ, 40 ਕਰੋੜ ਟਨ ਜਿਹੜਾ ਵਾ ਸਾਨੂੰ ਕਣਕ ਜਾਂ ਹੋਰ ਚੀਜ਼ਾਂ ਦੀ ਲੋੜ ਪਊਗੀ, ਕਿਉਂਕਿ ਜਿਹੜੀ ਸਾਡੀ ਪਾਪੂਲੇਸ਼ਨ ਆ 21ਵੀਂ ਸਦੀ ਦੇ ਅੰਤ ਹੋਣ ਤੱਕ 160 ਤੋਂ 170 ਕਰੋੜ ਤੱਕ ਹੋ ਜਾਏਗੀ। ਉਸ ਤੋਂ ਬਾਅਦ ਹੈ ਰਾਈਟ ਡਾਊਨ ਐਨੀ 3 ਪ੍ਰੋਬਲਮਸ ਆਫ ਦੀ ਪ੍ਰੈਜੈਂਟ ਇੰਡੀਅਨ ਐਗਰੀਕਲਚਰ, ਇੰਡੀਅਨ ਐਗਰੀਕਲਚਰ ਦੇ ਵਿੱਚ ਕੋਈ 3 ਜਿਹੜੀਆਂ ਮੇਨ ਪ੍ਰੋਬਲਮ ਆ ਉਹ ਤੁਸੀਂ ਦੱਸਣੀਆਂ ਨੇ। ਸਭ ਤੋਂ ਪਹਿਲੀ ਪ੍ਰੋਬਲਮ ਤਾਂ ਇਹੀ ਆ ਵੀ ਬਹੁਤ ਜ਼ਿਆਦਾ ਜਨਸੰਖਿਆ ਵਾ ਜਿਹਦੇ ਕਰਕੇ ਲੈਂਡ ਦੇ ਉੱਤੇ ਪ੍ਰੈਸ਼ਰ ਵੱਧਦਾ ਜਾ ਰਿਹਾ ਵਾ, ਅਤੇ ਜਿਹੜੀ ਕਲਟੀਵੇਟਡ ਲੈਂਡ ਆ ਜਿਹੜੀ ਕਿ ਵਧੀਆ ਉਪਜਾਊ ਭੂਮੀ ਆ ਉਹਦੀ ਡਿਸਟ੍ਰੀਬਿਊਸ਼ਨ ਜਿਹੜੀ ਉਹ ਇੰਨੀ ਜ਼ਿਆਦਾ ਵਧੀਆ ਢੰਗ ਨਾਲ ਨਹੀਂ ਕੀਤੀ ਗਈ, ਅਤੇ ਤੀਜਾ ਹੈਗਾ ਵੀ ਜਿਹੜੇ ਸਾਡੇ ਫਾਰਮਰ ਨੇ ਉਹ ਜ਼ਿਆਦਾ ਪੜ੍ਹੇ ਲਿਖੇ ਨਾ ਹੋਣ ਕਰਕੇ ਸਾਇੰਟੀਫਿਕ ਵੇ ਨਾਲ ਐਗਰੀਕਲਚਰ ਵੀ ਨਹੀਂ ਕਰ ਪਾ ਰਹੇ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਰੈਂਕ ਆਫ ਦੀ ਇੰਡੀਆ ਇਨ ਦੀ ਵਰਲਡ ਆਫ ਦੀ ਪ੍ਰੋਡਕਸ਼ਨ ਆਫ ਸ਼ੂਗਰ ਕੇਨ, ਸ਼ੂਗਰ ਕੇਨ ਦੀ ਪ੍ਰੋਡਕਸ਼ਨ ਦੇ ਵਿੱਚ ਵੀ ਜਿਹੜਾ ਇੰਡੀਆ ਵਾ ਵਰਲਡ ਦੇ ਕਿੰਨਵੇਂ ਨੰਬਰ 'ਤੇ ਆ ਰਿਹਾ ਵਾ, ਤਾਂ ਜਿਹੜਾ ਵਾ ਗੁੜ ਦੀ ਜਾਂ ਤੁਸੀਂ ਕਹਿ ਦਿਓ ਵੀ ਗੰਨੇ ਦੀ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਵਾ 5ਵੇਂ ਸਥਾਨ 'ਤੇ ਆ ਰਿਹਾ ਵਾ। ਉਸ ਤੋਂ ਬਾਅਦ ਹੈ ਨੇਮ ਆਫ ਦੀ ਕ੍ਰੋਪਸ ਆਫ ਦੀ ਆਇਲ ਸ਼ੀਡ,
ਜਿਹੜੇ ਸਾਨੂੰ ਤੇਲ ਬੀਜ ਵਾਲੇ ਕਿਹੜੇ ਕਿਹੜੇ ਨੇ? ਸਾਨੂੰ ਸਭ ਨੂੰ ਪਤਾ ਮੂੰਗਫਲੀ ਆ, ਮਸਟਰਡ ਆਇਲ ਆ, ਜਾਂ ਹੋਰ ਚੀਜ਼ਾਂ ਨੇ, ਸਨਫਲਾਵਰ ਨੇ, ਕੋਟਨ ਆ, ਜਾਂ ਕੋਕੋਨਟ ਆ, ਇਹ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ ਨੇ ਤੇਲ ਪਰਪਸਿਸ ਲਈ। ਉਸ ਤੋਂ ਬਾਅਦ ਹੈ ਨੇਮ ਦੀਅਰ ਟੂ ਸਟੇਟਸ ਵਿੱਚ ਪ੍ਰੋਡਕਸ਼ਨ ਇਜ਼ ਮੈਕਸੀਮਮ ਅਮਾਊਂਟ ਆਫ ਗਰਾਊਂਡ ਨੈਟਸ। ਮੂੰਗਫਲੀ ਦੀ ਸਭ ਤੋਂ ਜ਼ਿਆਦਾ ਜਿਹੜੀ ਆ ਪ੍ਰੋਡਕਸ਼ਨ ਕਰਨ ਵਾਲੇ ਦੋ ਸਟੇਟਾਂ ਕਿਹੜੀਆਂ ਕਿਹੜੀਆਂ ਨੇ? ਗੁਜਰਾਤ ਅਤੇ ਮਹਾਰਾਸ਼ਟਰ। ਉਸ ਤੋਂ ਬਾਅਦ ਹੈ ਇਨ ਵਿਚ ਡੈਕਨਸ ਏਰੀਆ ਅੰਡਰ ਦੀ ਆਇਲ ਸ਼ੀਟ ਪ੍ਰੋਡਕਸ਼ਨ ਹੈਡ ਇਨਕਰੀਜ਼ ਇਨ ਮੋਸਟ। ਵੀ ਸਭ ਤੋਂ ਜ਼ਿਆਦਾ ਜਿਹੜਾ ਆਇਲ ਦੀ ਪ੍ਰੋਡਕਸ਼ਨ ਦੇ ਵਿੱਚ ਕਦੋਂ ਇਨਕਰੀਜ਼ ਆਇਆ ਸੀਗਾ? ਤਾਂ ਉਹ ਆਇਆ ਸੀ 1980 ਦੇ 1990 ਦੇ ਵਿੱਚ। ਸਭ ਤੋਂ ਜ਼ਿਆਦਾ ਜਿਹੜੇ ਆਇਲ ਪ੍ਰੋਡਕਸ਼ਨ, ਆਇਲ ਸ਼ੀਟ ਪ੍ਰੋਡਕਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਇੰਡੀਆ ਇਨਕਰੀਜ਼ ਕਰਿਆ ਸੀ। ਉਸ ਤੋਂ ਬਾਅਦ ਹੈ ਸਾਡੇ ਕੋਲ ਵਿਚ ਆਰ ਦੀਆਂ ਮੇਨ ਕਾਟਨ ਪ੍ਰੋਡਕਸ਼ਨ ਸਟੇਟ ਆਫ ਅਵਰ ਕੰਟਰੀ। ਅਵਰ ਕੰਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਕਪਾਹ ਦੀ ਖੇਤੀ ਉਹ ਕਿੱਥੇ ਹੁੰਦੀ ਆ? ਮਹਾਰਾਸ਼ਟਰ, ਗੁਜਰਾਤ, ਪੰਜਾਬ, ਆਂਧਰਾ ਪ੍ਰਦੇਸ਼, ਹਰਿਆਣਾ, ਰਾਜਸਥਾਨ, ਕਰਨਾਟਕ, ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਵਿੱਚ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਪਰ ਹੈਕਟੇਅਰ ਪ੍ਰੋਡਕਸ਼ਨ ਆਫ ਦੀ ਕਾਟਨ ਅਵਰ ਕੰਟਰੀ। ਅਵਰ ਕੰਟਰੀ ਦੇ ਵਿੱਚ ਜਿਹੜੀ ਆ ਕਾਟਨ ਦੀ ਪ੍ਰੋਡਕਸ਼ਨ ਪਰ ਹੈਕਟੇਅਰ ਕਿੰਨੀ ਕੀਤੀ ਜਾ ਰਹੀ ਆ? 249 ਕਿਲੋਗ੍ਰਾਮ ਜਿਹੜੀ ਆ ਪਰ ਹੈਕਟੇਅਰ ਜਿਹੜੀ ਆ ਐਵਰੇਜ ਕਾਟਨ ਉਹ ਕੱਢੀ ਜਾਂਦੀ ਆ। ਵਿਚ ਆਰ ਦੀਆਂ ਮੇਨ ਪੋਟੈਟੋ ਪ੍ਰੋਡਿਊਸਿੰਗ ਸਟੇਟ ਆਫ ਇੰਡੀਆ? ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਆਲੂ ਉਗਾਉਣ ਵਾਲੀਆਂ ਸਟੇਟਸ ਕਿਹੜੀਆਂ ਕਿਹੜੀਆਂ ਨੇ? ਉੱਤਰ ਪ੍ਰਦੇਸ਼ ਆ, ਵੈਸਟ ਬੰਗਾਲ ਆ, ਬਿਹਾਰ, ਪੰਜਾਬ, ਇੱਥੇ ਸਭ ਤੋਂ ਜ਼ਿਆਦਾ ਜਿਹੜੇ ਆਲੂ ਉਗਾਏ ਜਾਂਦੇ ਆ। ਉਸ ਤੋਂ ਬਾਅਦ ਹੈ ਨੇਮ ਆਫ ਦੀਆਂ ਮੇਨ ਪੋਟੈਟੋ ਪ੍ਰੋਡਿਊਸਿੰਗ ਡਿਸਟ੍ਰਿਕਟ ਆਫ ਪੰਜਾਬ। ਪੰਜਾਬ ਦੇ ਵਿੱਚ ਜਿਹੜੇ ਆਲੂ ਉਗਾਉਣ ਵਾਲੀਆਂ ਡਿਸਟ੍ਰਿਕਟ ਕਿਹੜੇ ਕਿਹੜੇ ਨੇ? ਜਲੰਧਰ ਆਈ, ਹੁਸ਼ਿਆਰਪੁਰ, ਪਟਿਆਲਾ, ਲੁਧਿਆਣਾ, ਇਹ ਮੇਨ ਜਿਹੜੇ ਆ ਸਟੇਟਸ ਮੇਨ ਡਿਸਟ੍ਰਿਕਟ ਨੇ ਜਿੱਥੇ ਜ਼ਿਆਦਾ ਆਲੂ ਉਗਾਇਆ ਜਾਂਦਾ ਵਾ। ਉਸ ਤੋਂ ਬਾਅਦ ਹੈ ਸਾਡੇ ਕੋਲ ਵਟ ਆਰ ਦੀ ਆ ਪਾਰਟਸ ਆਫ ਦੀ ਆ ਟੋਟਲ ਇਨਕਮ ਆਫ ਦੀ ਐਗਰੀਕਲਚਰ ਅਮਾਊਂਟ ਟੂ ਦੀ ਆ ਐਨੀਮਲ ਰੇਅਰਿੰਗ। ਐਨੀਮਲਸ ਤੋਂ ਸਾਨੂੰ ਕਿੰਨੀ ਜ਼ਿਆਦਾ ਜਿਹੜੀ ਇਨਕਮ ਆ ਉਹ ਉਗਾਈ ਜਾ ਰਹੀ ਹੈ ਐਗਰੀਕਲਚਰ ਇਨਕਮ ਦਾ? ਮੋਰ ਦੈਨ 1/4, ਯਾਨੀ ਕਿ 1/4 ਹਿੱਸੇ ਤੋਂ ਜ਼ਿਆਦਾ ਜਿਹੜਾ ਵਾ ਉਹ ਅਸੀਂ ਇਹਨਾਂ ਤੋਂ ਉਗਾ ਰਹੇ ਹਾਂ, ਜਿਵੇਂ ਪਸ਼ੂ ਧਨ ਹੋ ਗਏ ਜਾਂ ਹੋਰ ਚੀਜ਼ਾਂ ਜਿਹੜੀਆਂ ਜਿਵੇਂ ਪੋਲਟਰੀ ਫਾਰਮ, ਮੱਛੀ ਪਾਲਣ, ਇਹਦੀਆਂ ਚੀਜ਼ਾਂ ਤੋਂ ਉਗਾਇਆ ਜਾ ਰਿਹਾ ਵਾ। ਵਟ ਇਜ਼ ਦੀ ਰੈਂਕ ਆਫ ਦੀ ਪੰਜਾਬ ਇਨ ਅਵਰ ਕੰਟਰੀ ਇਨ ਦੀ ਰਿਸਪੈਕਟ ਆਫ ਦੀ ਆ ਕੈਟਲ ਵੈਲਥ? ਵੀ ਪਸ਼ੂ ਪਾਲਣ ਜਾਂ ਪਸ਼ੂ ਧਨ ਦੇ ਵਿੱਚ ਇੰਡੀਆ ਦਾ ਕਿੰਨਵਾਂ ਰੈਂਕ ਆ ਰਿਹਾ, ਪੰਜਾਬ ਦਾ ਕਿੰਨਵਾਂ ਰੈਂਕ ਆ ਰਿਹਾ ਵਾ? 13ਵਾਂ ਰੈਂਕ ਆ ਰਿਹਾ ਵਾ। ਉਸ ਤੋਂ ਬਾਅਦ ਹੈ ਵਿਚ ਪਾਰਟ ਆਫ ਦੀ ਕੰਟਰੀਜ਼ ਅਮਾਊਂਟ ਦੀ ਹਾਈਐਸਟ ਕੈਟਲ ਵੈਲਥ? ਵੀ ਯਾਨੀ ਕਿ ਪਸ਼ੂ ਧਨ ਸਭ ਤੋਂ ਜ਼ਿਆਦਾ ਕਿੱਥੇ ਹੈ? ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਵਾ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਰੈਂਕ ਆਫ ਦੀ ਇੰਡੀਆ ਇਨ ਦੀ ਵਰਲਡ ਆਫ ਦੀ ਰਿਸਪੈਕਟ ਆਫ ਦੀ ਫਰੂਟਸ ਐਂਡ ਵੈਜੀਟੇਬਲ? ਵੈਜੀਟੇਬਲ ਦੇ ਫਰੂਟਸ ਦੇ ਵਿੱਚ ਜਿਹੜਾ ਰਿਸਪੈਕਟ ਦੇ ਅਕੋਰਡਿੰਗ ਵੀ ਇੰਡੀਆ ਕਿੰਨਵੇਂ ਰੈਂਕ 'ਤੇ ਆ ਰਿਹਾ ਵਾ? ਦੂਜੇ ਰੈਂਕ ਦੇ ਉੱਤੇ ਆ ਰਿਹਾ ਵਾ। ਉਸ ਤੋਂ ਬਾਅਦ ਹੈ ਵਰ ਡਜ਼ ਦੀ ਆ ਇੰਡੀਆ ਰੈਂਕ ਆਫ ਦੀ ਆ ਵਰਲਡ ਇਨ ਦੀ ਪ੍ਰੋਡਕਸ਼ਨ ਆਫ ਦੀ ਆ ਕੈਸ਼ੂਨਟਸ? ਵੀ ਜਿਹੜੇ ਕਾਜੂ ਦੀ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਇੰਡੀਆ ਦਾ ਰੈਂਕ ਕਿੰਨਵਾਂ ਆ ਰਿਹਾ ਵਾ? ਤਾਂ ਉਹ ਕਾਜੂ ਦੀ ਪ੍ਰੋਡਕਸ਼ਨ ਦੇ ਵਿੱਚ ਇੰਡੀਆ ਦਾ ਰੈਂਕ ਕਿੰਨਵਾਂ ਵਾ? ਫਸਟ ਪੋਜੀਸ਼ਨ ਦੇ ਉੱਤੇ ਆ ਰਿਹਾ ਵਾ ਪੂਰੇ ਵਰਲਡ ਦੇ ਵਿੱਚ। ਉਸ ਤੋਂ ਬਾਅਦ ਹੈ ਨੇਮ ਆਫ ਦੀ ਆ ਐਪਲ ਪ੍ਰੋਡਿਊਸਿੰਗ ਸਟੇਟ, ਕਿਹੜੇ ਕਿੱਥੇ ਕਿੱਥੇ ਸਭ ਤੋਂ ਜ਼ਿਆਦਾ ਐਪਲ ਉੱਗਦਾ ਵਾ? ਸਭ ਨੂੰ ਪਤਾ ਪਹਾੜੀ ਏਰੀਆ ਵਿੱਚ ਹੁੰਦਾ, ਉਹ ਕਿੱਥੇ ਆ? ਜੰਮੂ ਐਂਡ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼। ਲਾਸਟ ਕੁਐਸਚਨ ਹੈ ਇਸ ਸੈਸ਼ਨ ਦਾ ਵੀ ਫੋਰੈਸਟ ਦੀ ਕੀ ਮਹੱਤਤਾ ਵਾ? ਉਹ ਸਭ ਨੂੰ ਪਤਾ ਵੀ ਇੱਕ ਇਨਵਾਇਰਮੈਂਟ ਦੇ ਵਿੱਚ ਬੈਲੈਂਸ ਰੱਖਦੇ ਆ, ਦੂਜਾ ਸਾਨੂੰ ਇਹਨਾਂ ਤੋਂ ਕੀ ਆ ਲੱਕੜੀ ਪ੍ਰਾਪਤ ਹੁੰਦੀ ਆ, ਚੌਕੋਲ ਜਾਂ ਵੁੱਡਸ ਜਿਹੜੀਆਂ ਨੇ ਜਿਨ੍ਹਾਂ ਨੂੰ ਅਸੀਂ ਐਜ਼ ਏ ਫਿਊਲ ਵਰਤਦੇ ਹਾਂ, ਉਹ ਸਾਰੀਆਂ ਚੀਜ਼ਾਂ ਸਾਨੂੰ ਕਿੱਥੋਂ ਮਿਲਦੀਆਂ ਨੇ? ਫੋਰੈਸਟ ਤੋਂ ਮਿਲਦੀਆਂ ਨੇ। ਇਹ ਸੀਗਾ ਸੈਸ਼ਨ। ਆਈ ਹੋਪ ਤੁਹਾਨੂੰ ਜਿਹੜਾ ਸੈਸ਼ਨ ਉਹ ਬਹੁਤ ਪਸੰਦ ਆਇਆ ਹੋਊਗਾ, ਅਤੇ ਮੈਂ ਸਾਰੇ ਆਪਣੇ ਵਿਊਅਰਸ ਅਤੇ ਸਟੂਡੈਂਟਸ ਦਾ ਥੈਂਕਸ ਕਰਨਾ ਚਾਹੁੰਦਾ ਵਾ ਜਿਹੜੇ ਕਿ ਮੈਨੂੰ ਸਪੋਰਟ ਕਰਦੇ ਆ ਅਤੇ ਮੈਨੂੰ ਹੈਲਪ ਕਰਦੇ ਆ, ਮੇਰੇ ਲੈਕਚਰਸ ਦੇ ਬਾਰੇ ਮੈਨੂੰ ਕਮੈਂਟਸ ਕਰਦੇ ਆ ਵੀ ਸਰ ਤੁਹਾਡਾ ਲੈਕਚਰ ਵਧੀਆ ਵਾ ਜਾਂ ਨਹੀਂ ਹੈਗਾ, ਅਤੇ ਉਹ ਸਾਰੀਆਂ ਚੀਜ਼ਾਂ ਕਰਦੇ ਆ, ਇਹ ਮੇਰੇ ਲਈ ਇੰਸਪੀਰੇਸ਼ਨ ਦਾ ਵਰਕ ਕਰਦੀਆਂ ਨੇ। ਅਤੇ ਥੈਂਕ ਯੂ ਸੋ ਮੱਚ ਜਿਹੜੇ ਬੱਚੇ ਵੀ ਮੇਰੇ ਵੀਡੀਓ ਦੇ ਉੱਤੇ ਕਮੈਂਟ ਕਰਦੇ ਆ ਅਤੇ ਜਿਨ੍ਹਾਂ ਨੂੰ ਜਿਹੜੀ ਵੀ ਪ੍ਰੋਬਲਮਸ ਆਉਂਦੀ ਆ ਉਹ ਦੱਸਦੇ ਨੇ ਜਾਂ ਜਿਹੜੇ ਵੀ ਚੀਜ਼ ਉਹ ਚਾਹੁੰਦੇ ਆ, ਤਾਂ ਮੈਂ ਟਰਾਈ ਕਰਦਾ ਹੁੰਦਾ ਵੀ ਉਹਨਾਂ ਨੂੰ ਵਧੀਆ ਢੰਗ ਨਾਲ ਉਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰ ਸਕਾਂ। ਅਤੇ ਆਹ ਸੈਸ਼ਨ ਵੀ ਮੈਨੂੰ ਲੱਗਦਾ ਤੁਹਾਨੂੰ ਬਹੁਤ ਪਸੰਦ ਆਏਗਾ। ਜੇਕਰ ਪਸੰਦ ਆਏਗਾ ਤਾਂ ਜ਼ਰੂਰ ਲਾਈਕ ਕਰੋ ਵੀਡੀਓ, ਵੀਡੀਓ ਦੇ ਰਿਗਾਰਡਿੰਗ ਤੁਸੀਂ ਮੈਨੂੰ ਆਪਣੇ ਵਿਊਜ਼ ਦਿਓ, ਅਤੇ ਮੈਂ ਨੈਕਸਟ ਸੈਸ਼ਨ ਦੇ ਵਿੱਚ ਜਿਹੜਾ ਵਾ ਉਦਾਂ ਦੀ ਜਿਹੜੀ ਵੀਡੀਓ ਆ ਉਹ ਤੁਹਾਡੇ ਲਈ ਬਣਾ ਕੇ ਲੈ ਕੇ ਆ ਸਕਾਂ। ਥੈਂਕਸ ਅ ਲੋਟ ਵਾਚਿੰਗ ਫੋਰ ਮਾਈ ਸੈਸ਼ਨ।